ਸਾਤਰੀਏ ਕਾਲ ਤੁਸੀਂ ਦੇਖ ਰਹੇ ਹੋ ਤਾਕਤ ਪੰਜਾਬ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਕੋਲੋਂ ਵਾਲੂ ਵਿਸਿਆਸੀਮਾਹ ਪ੍ਰੋਫੈਸਰ ਮਨਜੀਤ ਸਿੰਘ ਦੀ ਮੌਜੂਦ ਨੇ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ ਰਾਤ ਪਰ ਕਿਸਾਨਾਂ ਦੀ ਜੋ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਨਾਲ ਮੀਟਿੰਗ ਹੁੰਦ ਰਹੀ ਮੁੱਖ ਮੰਤਰੀ ਭਗਵੰਤ ਮਾਨ ਵੀ ਉਹਦੇ ਵਿੱਚ ਸ਼ਾਮਲ ਸੀਗੇ ਤਕਰੀਬਨ ਡੇਢ 2 ਵਜੇ ਮੀਟਿੰਗ ਮੁੱਕੀ ਉਸ ਮੀਟਿੰਗ ਚ ਕੀ ਹੋਇਆ ਕਿਸਾਨਾਂ ਦਾ ਅਗਲਾ ਹੁਣ ਦਿੱਲੀ ਕੂਚ ਨੂੰ ਲੈ ਕੇ ਕੀ ਫੈਸਲਾ ਹੈ ਜਾਂ ਹੁਣ ਕਿਸਾਨ ਜਿੱਤੇ ਵਦਗਿਆ ਜੋ ਅਜ ਭਾਰਤ ਬੰਦ ਹੈ ਉਹਦੇ ਵਿੱਚ ਕਿਸ ਤਰ੍ਹਾਂ ਦੀ ਭੂਮਿਕਾ ਰਹੇਗੀ ਇਹ ਸਭ ਦੇ ਉੱਤੇ ਅਸੀਂ ਕਬਰਾ ਮੁਰਵੀ ਨਾਲ ਨਾਲ ਹੋਣ ਗਿਆ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਿਕੰਦਰ ਜੀ ਸਭ ਤੋਂ ਪਹਿਲਾਂ ਵੱਡੀ ਖਬਰ ਦੀ ਚਰਚਾ ਕਰੀਏ ਕਿ ਆਪਾਂ ੜੀਖਦੇ ਰਹੇ ਪੂਰਾ ਮੁਲਕ ੜੀਖਦਾ ਰਿਹਾ ਕਿ ਕਿਸਾਨ ਹੁਣ ਕੀ ਫੈਸਲਾ ਲੈਣ ਜਾ ਰਹੇ ਨੇ ਕੇਂਦਰ ਸਰਕਾਰ ਨੇ ਕੀ ਕੀਤਾ ਸਾਹਿਬ ਕੀ ਕਹਿ ਰਹੇ ਸੀ ਤੇ ਵੱਡੀ ਗੱਲ ਕਿ ਕਿਸਾਨ ਆਗੂਆਂ ਨੇ ਹੁਣ ਅਗਲਾ ਕੀ ਪੈਂਤੜਾ ਬਣਾਉਣਾ ਇਹ ਬਹੁਤ ਅਹਿਮ ਹੋ ਜਾਂਦਾ ਸਖਵਿੰਦਰ ਸਰਕਾਰ ਤੇ ਜਿਸ ਤਰ੍ਹਾਂ ਸਰਕਾਰ ਨੇ ਬਿਹੇਵ ਕਰਨਾ ਹੁੰਦਾ ਜੋ ਉਹਨਾਂ ਦੀਆਂ ਚਾਲਾਂ ਹੁੰਦੀਆਂ ਉਹ ਤੇ ਉਸੇ ਚਾਲ ਤੇ ਕੋਈ ਨਵੀਂ ਚਾਲ ਨਹੀਂ ਹੈ ਤੀਸਰੀ ਮੀਟਿੰਗ ਹੋ ਗਈ ਚੌਥੀ ਰੱਖ ਲਈ ਫਿਰ ਪੰਜਵੀਂ ਫਿਰ ਇਲੈਕਸ਼ਨ ਕੋਡ ਲੱਗ ਜਾਊਗਾ ਫਿਰ ਕਰੇ ਬੈਠ ਕੇ ਇਸ ਪਾਸੇ ਨੂੰ ਗੱਲ ਸਾਰੀ ਚਲਾਤੀ ਆ ਇਸ ਤੀਸਰੀ ਮੀਟਿੰਗ ਦੇ ਦੌਰ ਤੋਂ ਬਾਅਦ ਇਹ ਸਾਫ਼ ਨਜ਼ਰ ਆ ਗਿਆ ਕਿ ਲਟਕਾਓ ਔਰ ਲਟਕਾ ਕੇ ਗੱਲ ਨੂੰ ਖਤਮ ਕਰੋ ਫਰਕ ਸਿਰਫ ਇਹ ਨਹੀਂ ਆ ਕਿ ਪਿਛਲੀ ਵਾਰੀ ਉਸ ਬਾਰਡਰ ਤੇ ਬੈਠੇ ਸੀ ਤੇ ਜਿੱਥੋਂ ਘਰਾਂ ਨੂੰ ਫੌਜਾਂ ਦਾ ਵਾਪਸ ਆਉਣਾ ਮੁਸ਼ਕਲ ਸੀ ਹੁਣ ਪੰਜਾਬ ਦੇ ਅੰਦਰ ਬੈਠੇ ਆ ਤੇ ਜੇ ਲੰਬਾ ਦੌਰ ਹੋਇਆ ਤੇ ਫੌਜਾਂ ਨੂੰ ਵਾਪਸ ਵੀ ਕਰੋ ਕਰੀ ਜਾਣਾ ਪੈ ਸਕਦਾ ਆ ਬਿਨਾ ਕਿਸੇ ਭੁਗਤੀ ਗੱਲ ਦੇ ਨਿਕਲਿਆ ਕਿਉਂਕਿ ਇਹ ਇਹ ਹਾਲਾਤ ਬਣਦੇ ਹੌਲੀ-ਹੌਲੀ ਖਿਸਕਦੇ ਖਿਸਕਦੇ ਉਸ ਪਾਸੇ ਨੂੰ ਬਣਦੇ ਲੱਗਦੇ ਨਜ਼ਰ ਆ ਰਹੇ ਰਾਤ ਵਾਲੀ ਮੀਟਿੰਗ ਦੇ ਵਿੱਚ ਹੁਣ ਸਭ ਤੋਂ ਪਹਿਲ ਪਹਿਲਾ ਡੇਢ ਤੋਂ ਘੰਟੇ ਕੀੜੀਆਂ ਗੱਲਾਂ ਤੇ ਬਹਿਸ ਹੋਈ ਤੁਸੀਂ ਜੀ ਸਾਡੇ ਤੇ ਟਾਇਰ ਗੈਸ ਸਲੁੱਟਿਆ ਸਾਡੇ ਤੇ ਆ ਬੁਲੇਟਸ ਹੋਈਆਂ ਜਾਂ ਸਾਡੇ ਨਾਲ ਆ ਨੁਕਸਾਨ ਹੋਇਆ ਭਗਵੰਤ ਮਾਨ ਹੋਣਾਂ ਨੇ ਵੀ ਬਾਹਰ ਆ ਕੇ ਪੀਸੀ ਜੇ ਹੋ ਕੇ ਆ ਕੇ ਸਾਡੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਬੰਦ ਕੀਤਾ ਆ ਇਹ ਇਹ ਨੂੰ ਸਿੱਖੋ ਲੋ ਸਾਡੇ ਇਹ ਲੀਡਰਾਂ ਨੇ ਕਿਹਾ ਸਾਡੇ ਫੇਸਬੁੱਕ ਪੇਜ ਬੰਦ ਕਰਤੇ ਆ ਸਾਡਾ ਟਵਿੱਟਰ ਅਕਾਊਂਟ ਬੰਦ ਕਰਤੇ ਆ ਜਾਨੀ ਕਿਸੇ ਵੀ ਮੂਵਮੈਂਟ ਦੇ ਜਿਹੜੇ ਬਾਈ ਪ੍ਰੋਡਕਟਸ ਹੁੰਦੀਆਂ ਜਿਹੜੀਆਂ ਉਹਦੇ ਚੋਂ ਨਿਕਲੀਆਂ ਨਵੀਆਂ ਮਸੀਬਤਾਂ ਹੁੰਦੀਆਂ ਉਹਦੇ ਤੇ ਤੇ ਗੱਲ ਹੋ ਰਹੀ ਹੈ ਜਿਹੜੀ ਮੇਨ ਮੁੱਦੇ ਤੇ ਉਹ ਉੱਥੇ ਝੋਲੇ ਚ ਪਾ ਕੇ ਨਾਲ ਲੈ ਜਾਂਦੇ ਐਂਓ ਗੱਲ ਕਰ ਰਹੇ ਕਿ ਜਿਵੇਂ ਪੰਦੀਤ ਸਾਹਿਬ ਤੇ ਜਾਂ ਡੱਲੇ ਵਾਲ ਨੇ ਬਿਲਕੁਲ ਹੁਣੇ-ਹੁਣੇ ਕੋਈ ਨਵੀਂ ਗੱਲ ਦੱਸੀ ਹੋਵੇ ਤੇ ਉਹਨਾਂ ਉਹ ਪਜਲ ਹੋ ਗਏ ਹੁਣ ਪਤਾ ਹੀ ਨਾ ਲੱਗਦਾ ਹੋਵੇ ਕਿ ਇਹ ਗੱਲ ਕਹਿ ਕੀ ਰਹੇ ਆ ਤੇ ਉਸ ਤਰ੍ਹਾਂ ਲਓ ਜੀ ਹੁਣ ਡਿਟੇਲ ਸਮਝ ਲਾ ਗਈ ਹੁਣ ਲਓ ਜੀ ਅਸੀਂ ਬਰੀਕੀ ਚ ਚਲੇ ਗਏ ਹੁਣ ਜੀ ਬਹੁਤ ਹੀ ਬਰੀਕ ਛਾਨਣਾ ਲਾ ਦਿੱਤਾ ਹੁਣ ਤੇ ਉਹਨਾਂ ਨੂੰ ਸਾਰੀ ਗੱਲ ਸਮਝ ਪੈ ਗਈ ਆ ਉਹ ਗਏ ਆ ਦਿੱਲੀ ਦਿੱਲੀ ਜਾ ਕੇ ਰਾਮ ਨਾਲ ਗੱਲਬਾਤ ਕਰਨ ਜੇ ਤੇ ਫੇਰ ਉਸੇ ਕਿਸਮ ਦਾ ਲਟਕਾਉ ਮਾਮਲੇ ਵਾਲਾ ਝੋਲਾ ਲਟਕਾ ਕੇ ਦਿੱਲੀ ਵਾਲੇ ਆ ਜਾਣਗੇ ਭਗਵੰਤ ਮਾਨ ਕਹਿੰਦੇ ਆ ਕਿ ਦੇਖੋ ਮੈਨੂੰ ਤੇ ਤੁਸੀਂ ਇਹ ਸ਼ਰੇਦਿਓ ਕਿ ਮੈਂ ਤੁਹਾਨੂੰ ਬਿਲਕੁਲ ਬਾਰਡਰਾਂ ਤੱਕ ਪਹੁੰਚਣ ਤੋਂ ਰੋਕਿਆ ਨਹੀਂ ਤੇ ਇਸ ਗੱਲ ਲਈ ਦਿੱਲੀ ਵਾਲੇ ਉਹੇ ਤੋਏ ਵੀ ਕਰ ਰਹੇ ਆ ਖੱਟਰ ਸਾਹਿਬ ਵੀ ਉਹੇ ਤੋਏ ਕਰ ਰਹੇ ਆ ਵੀ ਦੇਖੋ ਜੇ ਰੋਕਣਾ ਚਾਹਤੇ ਤਾਂ ਰੋਕ ਸਕਦੇ ਤੇ ਬਾਰਡਰ ਤੱਕ ਆਨੇ ਦਿੱਤੇ ਹਨ ਜੇ ਦਿੱਲੀ ਪਹਛਾਨਾ ਚਾਹਤੇ ਆ ਪੰਜਾਬ ਸਰਕਾਰ ਕਿਸਾਨਾਂ ਦੇ ਪਿੱਛੇ ਹੈ ਇਸ ਖੱਟੜ ਸਾਹਿਬ ਚੀਫ ਮਿਨਿਸਟਰ ਹਰਿਆਣਾ بار بار ਗੱਲ ਕਰਦੇ ਆ। ਅ ਇਕੱਤਾ ਕੀ ਗੱਲ ਦੇ ਵਿੱਚ ਦਮਖੰਮ ਤੇ ਹੈਗਾ ਯਾ ਕਿ ਉਹ ਸਾਡੇ ਪੰਜਾਬ ਵਾਲੇ ਚੀਫ ਮਿਨਿਸਟਰ ਜਾਂ ਸਰਕਾਰ ਕਹਿੰਦੀ ਕਿ ਐਸੀ ਗੱਲ ਨਹੀਂ ਰੋਕੀ ਐਸੀ ਤੇ ਆਮ ਆਦਮੀ ਪਾਰਟੀ ਇਹਦੇ ਝਾੜੂ ਵਾਲੇ। ਇਸ ਲਈ ਅਸੀਂ ਕਿਸਾਨਾਂ ਦੇ ਅੰਦੋਲਨ ਨੂੰ ਕਿਵੇਂ ਰੋਕ ਸਕਦੇ ਆ। ਉਹ ਉਹਨਾਂ ਨੇ ਆਪਣੀ ਗੱਲ ਰੱਖੀ ਸਾਡੇ ਬੱਚਿਆਂ ਦੀ ਪੜ੍ਹਾਈ ਖਰਾਬ ਹੁੰਦੀ ਹੈ ਇੰਟਰਨੈਟ ਜਿਹੜਾ ਕਰੋ ਉਹਨਾਂ ਨੇ ਕਿਸਾਨਾਂ ਨੇ ਦੋ ਮੁੱਖ ਗੱਲਾਂ ਰੱਖੀਆਂ ਕਿ ਦੇਖੋ ਜੀ ਇੱਕ ਤੇ ਤੁਸੀਂ ਸਾਡੇ ਤੇ ਤਸ਼ੱਦਦ ਪੰਜਾਬ ਦੀ ਧਰਤੀ ਤੇ ਆ ਕੇ ਨਾ ਕਰੋ ਐਡੀ ਐਡੀ ਸ਼ੇਲਿੰਗ ਕਰਦੇ ਆ ਮਾਰਦੇ ਆ 100 ਤੋਂ ਵੱਧ ਬੰਦਿਆਂ ਨੂੰ ਝੋਟਾਂ ਲੱਗੀਆਂ ਜਰਨਲਿਸਟਾਂ ਨੂੰ ਵੀ ਝੋਟਾਂ ਲੱਗੀਆਂ ਇਹ ਕੰਮ ਬੰਦ ਕਰੋ ਅ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਸਾਡਾ ਜਿਹੜਾ ਅਸੀਂ ਮਸ਼ਹੂਰੀ ਜਾਂ ਜਿਹੜੀ ਸਾਡੀ ਗੱਲ ਲੋਕਾਂ ਕੋਲ ਜਾਣੀ ਆ ਉਹ ਤੇ ਤੁਸੀਂ ਬੰਦੀ ਕਰਤੀ ਫਿਰ ਅਸੀਂ ਇੱਥੇ ਕਾਦੇ ਲਈ ਬੈਠੇ ਆਂ ਤੁਸੀਂ ਸਾਨੂੰ ਉਹ ਜਿਹੜੇ ਸਾਡੇ ਟਵਿੱਟਰ ਅਕਾਊਂਟ ਦੂਜੇ ਅਕਾਊਂਟ ਹੈ ਸੀ ਕਮਿਊਨੀਕੇਟ ਨਹੀਂ ਕਰ ਸਕਦੇ ਸਾਡਾ ਮੂਢਲਾ ਅਧਿਕਾਰ ਹੈਗਾ ਸੰਵਿਧਾਨ 'ਚ ਲਿਖਿਆ ਉਸ ਤੇ ਵੀ ਗੱਲ ਉਹਨਾਂ ਨੇ ਕਿਹਾ ਜੀ 7 ਵਜੇ ਨਹੀਂ ਵੀ ਅਸੀਂ ਜਾ ਕੇ ਕਹਿ ਦਿੰਦੇ ਆਂ ਇਹ ਕਦੋਂ ਖੁੱਲਦਾ ਕਦੋਂ ਨਹੀਂ ਖੁੱਲਦਾ ਗਲੇਟ ਚਾਗੀ ਕੀ ਹੋਇਆ ਉਹ ਹੁਣ ਦੇਖ ਲੈਣਗੇ ਜਾ ਕੇ ਉਹ ਇਸ ਗੱਲ ਦਾ ਮੇਰਾ ਖਿਆਲ ਖੋਲ ਦੇਣਗੇ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹਨਾਂ ਦਾ ਡੰਗ ਜਿਆ ਨਿਕਲ ਗਿਆ ਇਹ ਹੁਣ ਉਹਨੇ ਤੱਤੇ ਨਹੀਂ ਜਿੰਨੇ ਪਹਿਲੇ ਸੀ ਤੇ ਫਿਰ ਉਹ ਖੋਲ ਵੀ ਦੇਣਗੇ ਕਹਾਂ ਉਹ ਇਨਾਂ ਨੇ ਪ੍ਰੋਫਸਰ ਉਹਨਾਂ ਨੂੰ ਇਹੋ ਹੀ ਦਵਾਇਆ ਕਿ ਫੌਜਾਂ ਦਾ ਲਾਲ ਲਿਆ ਮੈਂ ਅਖਬਾਰ 'ਚ ਫੋਟੋਆਂ ਦੇਖ ਰਿਹਾ ਸੀ ਜਾ ਉਹਨਾਂ ਨੇ ਕਿਹਾ ਕਿ ਹੁਣ ਬੰਦੇ ਖਨੌਰੀ ਤੇ ਬੈਠੇ ਕਿਸਾਨ ਤਾਸ਼ ਖੇਡ ਰਹੇ ਆ ਜਾਣੀ ਬੰਦੇ ਦਾ ਮਤਲਬ ਕਿਸਾਨ ਵੀਰ ਟਾਈਮ ਤੇ ਪਾਸ ਕਰਨਾ ਹੀ ਆ ਇਸ ਲਈ ਉਹ ਹੁਣ ਫੌਜਾਂ ਜਿਹੜੀਆਂ ਲੰਗਰ ਪਾਣੀ ਤੇ ਸੇਵਾ ਪਾਪ ਤੇ ਅਗਲੀ ਤਿਆਰੀ ਤੇ ਆਰਾਮ ਕਰਨ ਗਿਆ ਐਤਵਾਰ ਯਾਨੀ ਸ਼ਨੀਚਰਵਾਰ ਸ਼ੁੱਕਰਵਾਰ ਤੇ ਐਤਵਾਰ ਇਹ ਤੇ ਫਿਰ ਫੌਜਾਂ ਆਰਾਮ ਹੀ ਕਰਨ ਗਿਆ ਕਿਉਂਕਿ ਐਤਵਾਰ ਸ਼ਾਮ ਨੂੰ ਮੀਟਿੰਗ ਹੋਣੀ ਆ ਹਾਂ ਕੁਝ ਕਹਿਣਾ ਚਾਹੁੰਦੇ ਤੁਸੀਂ ਅੱਜ ਮੈਂ ਉਹ ਕਹਿ ਰਿਹਾ ਸੀ ਕਿ ਸ਼ੁੱਕਰਵਾਰ ਸ਼ਨੀਵਾਰ ਤੇ ਫਿਰ ਐਤਵਾਰ ਹੁਣ ਮਤਲਬ ਕਿ ਪਰਸੋ ਮੀਟਿੰਗ ਹੋਣੀ ਆ ਸ਼ਾਮ ਨੂੰ 6:30 ਵਜੇ ਸੱਧਿਆ ਪ੍ਰੋਫੈਸਰ ਵੱਡਾ ਸਵਾਲ ਜਿਹੜਾ ਉਹ ਲੈ ਸਾਨੂੰ ਅਸੀਂ ਉਹ ਦਿਖਾਤੇ ਬੰਬ ਦਿਖਾਤੇ ਉੱਤੇ ਗੋਲੀਆਂ ਦਿਖਾਤੀਆਂ ਉਹ ਸਾਰਾ ਕੁਝ ਤੁਸੀਂ ਕਰ ਦਿੱਤਾ ਪਰ ਜਿਹੜਾ ਮੇਨ ਸਵਾਲ ਹੈ ਕਿ ਐਮਐਸਪੀ ਕੇਂਦਰ ਸਰਕਾਰ ਦੇਗੀ ਕਿ ਨਹੀਂ ਦੇਗੀ ਇੱਥੇ ਪੰਜਾਬ ਸਰਕਾਰ ਦੀ ਭੂਮਿਕਾ ਨੂੰ ਕਿੱਦਾਂ ਦੇਖੀ ਭਗਵੰਤ ਮਾਨ ਸਾਹਿਬ ਕਹਿੰਦੇ ਮੈਂ ਤਾਂ ਕਿਸਾਨਾਂ ਦੇ ਨਾਲ ਆ ਕਿਸਾਨਾਂ ਦਾ ਵਕੀਲ ਆ ਮਤਲਬ ਵਕਾਲਤ ਕਰ ਰਹੇ ਨੇ ਪਰ ਪੰਜਾਬ ਸਰਕਾਰ ਤੇ ਵੀ ਉਹ ਜਿਹੜੇ ਭਗਵੰਤ ਮਾਨ ਸਾਹਿਬ ਦੇ ਵੀਡੀਓਜ਼ ਵਾਇਰਲ ਹੋ ਰਹੀਆਂ ਕਿ ਅਰਮੋਲ ਗਗਨ ਮਾਨ ਕਹਿੰਦੇ ਸੀ ਸਾਰੀਆਂ ਫਸਲਾਂ ਫਸਲਾਂ ਤੇ ਪੰਜਾ ਮਿੰਟਾਂ ਦਾ ਐਮਐਸਪੀ ਚਲੋ ਉਹ ਵੀ ਛੱਡ ਦਿਓ ਭਗਵੰਤ ਮਾਨ ਸਾਹਿਬ ਦੀਆਂ ਵੀਡੀਓ ਜਿਹਦੇ ਚੋਂ ਕਹਿੰਦੇ ਸੀ ਕਿ ਸਾਡੀ ਸਰਕਾਰ ਜੇ ਬਣ ਗਈ ਅਸੀਂ ਐਮਐਸਪੀ ਦੇ ਦੇਂਗੇ ਦਾਣਾ ਦਾਣਾ ਅਸੀਂ ਚੱਕਾਂਗੇ ਜੇ ਕੇਂਦਰ ਨਹੀਂ ਚੱਕਦੀ ਜਿਹੜਾ ਰਹਿ ਜਾਊਗਾ ਕੇਜਰੀਵਾਲ ਸਾਹਿਬ ਦੇ ਵੀ ਟਵੀਟ ਵਾਇਰਲ ਹੋ ਰਹੇ ਨੇ ਕਿ ਅਸੀਂ ਚੱਕਾਂਗੇ ਫੇਰ ਗੱਲ ਆ ਕੇ ਐਮਐਸਪੀ ਤੇ ਹੀ ਮੁੱਕਦੀ ਹੈ ਕਿ ਐਮਐਸਪੀ ਦੇਣੀ ਹੈ ਜਾਂ ਨਹੀਂ ਦੇਣੀ ਜੇ ਉਹ ਨਹੀਂ ਦਿੰਦੇ ਤੇ ਪੰਜਾਬ ਸਰਕਾਰ ਕੀ ਕਰਦੀ ਹੈ ਭਗਵੰਤ ਮਾਨ ਨੇ ਖਰੀ ਨਹੀਂ ਵਾਦਾ ਕਰਨਗੇ ਇਹਨਾਂ ਕੋਲ ਕਿੱਥੇ ਹੈ ਇਹਨਾਂ ਕੋਲ ਜੂਆ ਨਹੀਂ ਹੈ ਗਿਆ ਰੇਵਨਿਊ ਕਿੱਥੇ ਆ ਤਾਂ ਪਤਾ ਨਹੀਂ 35-40 ਹਜ਼ਾਰ ਕਰੋੜ ਰੁਪਈਆ ਕੇਂਦਰ ਤੋਂ ਆਉਂਦਾ ਫਿਰ ਜਾ ਕੇ ਸਾਰਾ ਨਾਜ ਪਾਣੀ ਚੁੱਕਿਆ ਜਾਂਦਾ ਉਹ ਦੱਸਦੇ ਰਹੇ ਆ ਕਿ ਜੇ ਸਾਨੂੰ ਸਾਰੇ ਜਿਹੜੀਆਂ ਜਿੰਨੀਆਂ ਫਸਲਾਂ ਤੇ ਹੁਣ ਐਮਐਸਪੀ ਮਿਲਦੀ ਆ ਕਿੰਨਾ ਪੈਸਾ ਚਾਹੀਦਾ 10 ਹਜ਼ਾਰ ਕਰੋੜ ਰੁਪਈਆ 10 ਲੱਖ ਕਰੋੜ ਰੁਪਈਆ 10000 ਨਹੀਂ 10 ਲੱਖ ਕਰੋੜ ਰੁਪਈਆ ਚਾਹੀਦਾ ਸਾਰੇ ਦੇਸ਼ ਦੇ ਵਿੱਚੋਂ ਜੇ ਉਹ ਅਨਾਜ ਜਿੰਨਾ ਤੇ ਐਮਐਸਪੀ ਮਿਲ ਰਹੀ ਜੇ ਚੁੱਕਣਾ ਹੋਵੇ ਤੇ ਜੇ ਸਾਧੀਆਂ ਤੇ ਜਿਵੇਂ ਕਿਸਾਨ ਮੰਗ ਕਰ ਰਿਹਾ ਫਿਰ 40 ਲੱਖ ਕਰੋੜ ਰੁਪਈਆ ਚਾਹੀਦਾ ਤੇ ਕਹਿੰਦੇ ਆ 45 ਲੱਖ ਕਰੋੜ ਰੁਪਈਆ ਤੇ ਦੇਸ਼ ਦਾ ਪੂਰਾ ਬਜਟ ਹੈ ਤੇ 40 ਲੱਖ ਕਰੋੜ ਜੇ ਖੇਤੀ ਤੇ ਲਾ ਦਿੱਤਾ ਬਾਕੀ ਕੀ ਹੈ ਉਹ ਕੀ ਕਰਨਗੇ ਉਹਨਾਂ ਨੂੰ ਇਸ ਗੱਲ ਦਾ ਹੈਗਾ ਇਸ ਪਾਸਿਓਂ ਇਨਡਾਇਰੈਕਟਲੀ ਉਹਨਾਂ ਨੇ ਹਿੰਟ ਦਿੱਤੇ ਆ ਕਿ ਇਹ ਤੁਹਾਡੀ ਗੱਲ ਸਮਾਨ ਤੋਂ ਤਾਰੀ ਤੋੜਨ ਵਰਗੀ ਲੱਗਦੀ ਆ ਸਾਨੂੰ ਕੇਂਦਰ ਨੇ ਇਨਡਾਇਰੈਕਟਲੀ মিডিਆ ਦੇ ਰਾਹੀਂ ਕਮਿਊਨੀਕੇਟ ਕਰਤੀ ਵੀ ਇੰਨੇ ਪੈਸੇ ਧਾਨ ਦੇ ਸਾਡੇ ਕੋਲ ਨਾ ਹੈ ਨਾ ਅਸੀਂ ਸਾਰਿਆਂ ਨੂੰ ਇਹਨਾਂ ਕਾਨੂੰਨੀ ਗਰੰਟੀ ਬਣਾ ਸਕਦੇ ਹੁਣ ਇਸ ਤਰ੍ਹਾਂ ਆ ਕਿ ਤੁਸੀਂ ਆ ਕੇ ਫੌਜਾਂ ਜਦੋਂ ਬੈਠ ਗਈਆਂ ਤੇ ਇਹ ਮਾਮਲਾ ਮੈਂ ਵਿੱਚੋਂ ਗੱਲ ਥੋੜੀ ਜੀ ਹੋਰ ਕੰਪਲੀਟ ਕਰਦੇ ਆ ਉਹ ਇਹ ਕਿ ਪਿਛਲੀ ਵਾਰੀ ਦਾ ਜਿਹੜਾ ਦਬਦਬਾ ਜਲ ਜਲਾਓ ਲੋਕ ਸਪੋਰਟ ਉਹ ਬਹੁਤ ਦੋ ਵੱਡੇ ਕਾਰਨਾ ਕਰਕੇ ਪਾਰੀ ਸੀ ਇੱਕ ਤੇ ਜਿਵੇਂ ਪਹਿਲੀ ਵਾਰੀ ਵੱਡੇ ਪੱਦਰ ਤੇ ਮੂਵਮੈਂਟ ਹੋਈ ਸਾਰੇ ਇਕੱਠੇ ਸੀ ਉਹ ਬਹੁਤ ਵੱਡੀ ਗੱਲ ਸੀ ਉਹ ਛੋਟੀ ਨਹੀਂ ਸਭ ਤੋਂ ਵੱਡੀ ਗੱਲ ਏ ਸੀ ਵੱਡੇ ਪੱਦਰ ਤੇ ਸਾਰੇ ਹੀ ਸਮੁੱਚੇ ਕਿਸਾਨ ਇਰਿਸਪੈਕਟਿਵ ਲੈਫਟ ਰਾਈਟ ਸੈਂਟਰ ਛੋਟੇ ਵੱਡੇ ਸਾਰੇ ਬਰਾਬਰ ਤੇ ਚੱਲ ਕੇ ਉੱਥੇ ਪਹੁੰਚੇ ਪਹੁੰਚਾ ਕੇ ਇਕੱਠੀਆਂ ਹੋ ਕੇ ਕੋਆਰਡੀਨੇਟ ਕਰਕੇ ਯੂਨਾਈਟਿਡ ਲੀਡਰਸ਼ਿਪ ਤੇ ਬੜੀਆਂ ਪਹਿਲਾਂ ਮਸ਼ਕਾਂ ਕਰਕੇ ਇੱਥੇ ਪਹੁੰਚੇ ਸੀ ਜਿਹੜਾ ਕਿ ਇਸ ਵੇਲੇ ਨਹੀਂ ਹੈ ਇੰਜ ਲੱਗਦਾ ਕਿ ਇੱਕ ਧੜਤ ਤੱਤ ਪਾਰਿਆ ਤੇ ਬਾਕੀ ਦਿਆਂ ਨੂੰ ਸਮਝਦਿਆ ਕਿ ਉਹ ਅਜੇ ਬੈਠਣ ਅਜੇ ਕੈਂਪਾਂ ਦੇ ਵਿੱਚ ਹੀ ਬੈਠਣ ਅਜੇ ਹੈਨਾ ਛਾਉਣੀ ਜੀ ਰਹਿ ਉਹਦੇ ਕਰਕੇ ਸਰਕਾਰ ਨੂੰ ਵੀ ਪਤਾ ਵੀ ਇਹ ਕਿੰਨੀ ਕੀ ਦੇਰੇ تھے ਏ ਰੋਲਰ ਪਾ ਪਾਉਣਗੇ ਹਾਂ ਹਾਂ ਬਾਹਰ ਕੇ ਬੈਠ ਜਾਣਗੇ ਮੀਟਿੰਗਾਂ ਪੰਜ ਚਾਰ ਕਰਾਓ ਉਦੋਂ ਬਾਅਦ ਕਿਸਾਨਾਂ ਨੂੰ ਵੀ ਪਤਾ ਲੱਗ ਜੂ ਕਿ ਘਾਹ ਨਹੀਂ ਜਾਣ ਦੇਣਾ ਉਧਰ ਜੇ ਕੋਈ ਗੱਲਬਾਤ ਹੋਊਗੀ ਤੇ ਖੱਟਰ ਸਾਹਿਬ ਵੀ ਹੋਰ ਮੋਰਚਾ ਬੰਦੀ ਤਕੜੀ ਕਰ ਲੈਣਗੇ ਇੰਦਾ ਮੀਨ ਵਾਈਜ਼ ਇਹ ਹਰਿਆਣੇ ਤੇ ਵੀ ਅਸੀਂ ਬਾੜਨ ਨਹੀਂ ਦੇਣਾ ਇਸ ਕਿਸਮ ਦਾ ਜਿਹੜਾ ਮਾਹੌਲ ਬਣਿਆ ਹੋਇਆ ਇਹ ਉਦੋਂ ਵੀ ਲੰਬੇ 13 ਮਹੀਨੇ ਖਿੱਚ ਗਈ ਸੀ ਇਸ ਤਰੇ ਮੀਟਿੰਗਾਂ ਮੀਟੀਆਂ ਕਿ ਦਰਜਣਾ ਮੀਟਿੰਗਾਂ ਕਿਤੇ ਇੱਕ ਮੀਟਿੰਗਾਂ ਹੋਈਆਂ ਬਹੁਤ ਮੀਟਿੰਗਾਂ ਹੋਈਆਂ ਫਿਰ ਉਹ ਜਿਹੜੀ ਮੇਰਾ ਖਿਆਲ 22 ਜਨਵਰੀ ਨੂੰ ਆਖਰੀ ਮੀਟਿੰਗ ਹੋਈ ਸੀ ਕਿਉਂਕਿ 26 ਜਨਵਰੀ ਨੂੰ ਟਰੈਕਟਰ ਮਾਰਚ ਸੀ ਉਦੋਂ ਬਾਅਦ ਫਿਰ ਤੇ ਆ ਕੇ ਪ੍ਰਧਾਨ ਮੰਤਰੀ ਹੁਣਾਂ ਨੇ ਅਨਾਉਂਸ ਕੀਤਾ ਜਾ ਕੇ ਕਿੰਨੇ ਮਹੀਨੇ ਫਿਰ ਬਿਨਾ ਮੀਟਿੰਗਾਂ ਤੋਂ ਵੀ ਚੱਲਦਾ ਰਿਹਾ ਵੀ ਹੁਣ ਗੱਲ ਉਂਝ ਪਿੱਛੇ ਬੈਕ ਡੋਰ ਜਿਹੜੀਆਂ ਆ ਉਹ ਗੱਲਾਂ ਸਾਰੀਆਂ ਚੱਲਦੀਆਂ ਸੀ ਆਫਰ ਆਉਂਦੀਆਂ ਸੀ ਹੋਰ ਸਾਰਾ ਹੁੰਦਾ ਸੀ ਹੁਣ ਕੀ ਹਿੰਮਤ ਜਾਂ ਉਸ ਕਿਸਮ ਦਾ ਸਾਰਾ ਪਿਆਰੀ ਇਸ ਵੇਲੇ ਇੰਨਾ ਕਿਸਾਨਾਂ ਦੀ ਜਿਹੜੇ ਨਾਨ ਪੋਲਿਟিক্যাল ਹੈਗੇ ਆ ਢੱਲੇਵਾਲ ਤੇ ਸਰਮਣ ਸਿੰਘ ਪੰਦੀਰ ਦੀ ਹੈਗੀ ਆ ਆਪਾਂ ਕੀ ਸਾਲਾਂ ਪ੍ਰਤੀ ਇਸ ਨੂੰ ਸਸਟੇਨ ਕਰ ਸਕਦੇ ਆ ਇਹ ਗੱਲ ਉਸ ਪਾਸੇ ਨੂੰ ਕੇਂਦਰ ਸਰਕਾਰ ਲੈ ਜਾ ਰਹੀ ਹੈ ਦੂਸਰੇ ਕੀ ਉਹ ਕਰਨ ਦੇਣਗੇ ਸਾਰਾ ਕੁਝ ਇੰਨਾ ਲੰਮਾ ਖਿੱਚਣ ਦੇਣਗੇ ਕੋਡ ਆਫ ਕੰਡਕਟ ਦੀ ਗੱਲ ਸਿਰਸਾ ਸਾਹਿਬ ਨੇ ਆਪਣੇ ਮੀਡੀਆ ਸਾਹਮਣੇ ਆ ਕੇ ਕਿਹਾ ਖਟੜ ਸਾਭੀਆ ਨਗਰਾਂ ਦਾ ਵੀ ਜ਼ਿਕਰ ਕਰ ਰਹੇ ਨੇ ਉਧਰੋਂ ਡੱਲੇਵਾਲ ਸਾਹਿਬ ਦੀ ਉਹ ਵੀਡੀਓ ਚੱਲ ਰਹੀ ਹੈ ਕਿ ਰਾਮ ਮੰਦਰ ਕਰਕੇ ਮੋਦੀ ਸਾਹਿਬ ਦਾ ਅਕਸ ਜਿਹੜਾ ਉੱਪਰ ਹੋਇਆ ਉਹਨੂੰ ਧੁੰਦਲਾ ਕਰਕੇ ਮੁੜ ਕੇ ਜਿੱਦਾਂ ਦੀਆਂ ਵੀ ਉਹ ਵੀਡੀਓਜ਼ ਵਾਇਰਲ ਹੋ ਰਹੀਆਂ ਉਹਦੇ ਉੱਤੇ ਸਫਾਈਆਂ ਤਾਂ ਦੇ ਰਹੇ ਨੇ ਪਰ ਨਾਲ ਨਾਲ ਗਲਬਾਤ ਤੇ ਨਾਲ ਉਹਨਾਂ ਨੇ ਇਹ ਕੁਝ ਜਦੋਂ ਚੱਲਦਾ ਤਾਂ ਫਿਰ ਸ਼ੰਕਾ ਤਾਂ ਖੜਾ ਹੁੰਦੀ ਹੀ ਹੈ ਦੇਖੋ ਸੁਖਵਿੰਦਰ ਉਹ ਜਿਹੜੀ ਵੀਡੀਓ ਵਾਲੀ ਗੱਲ ਉਹ ਤੇ ਦੇਖੋ ਕਿਹੜੀ ਵੱਡੀ ਗੱਲ ਮੈਨੂੰ ਨਹੀਂ ਸਮਝਉਂਦੀ ਮੀਡੀਆ ਨੂੰ ਉਲਟੇ ਪਾਸੇ ਕਿਉਂ ਲੈ ਕੇ ਜਾਂਦਾ ਉਹ ਕਹਿੰਦੇ ਆ ਕਿ ਸਾਡਾ ਯੋਧਿਆ ਕੇਂਦਰ ਸਰਕਾਰ ਬੜੀ ਸਰਵਸ਼ਕਤੀਮਾਨ ਹੈਗੀ ਹੈ ਤੇ ਉਹਨਾਂ ਦੇ ਕੇਂਦਰ ਸਰਕਾਰ ਦੇ ਵਿੱਚ ਜੇ ਲਾ ਲਿਆ ਜਾਏ ਸਾਰੀ ਸਰਕਾਰ ਇੱਕ ਪਾਸੇ ਤੇ ਜਿਹੜੇ ਜੇ ਦੂਜੇ ਪਾਸੇ ਮੋਦੀ ਜੀ ਨੂੰ ਪਾ ਲਿਆ ਜਾਏ ਤੇ ਉਹਨਾਂ ਦਾ ਪਲੜਾ ਕੱਲਿਆਂ ਦਾ ਹੀ ਭਾਰੀ ਉਸ ਪਾਰਲੀਮੈਂਟ ਚ ਹਿੱਕ ਤੇ ਹੱਥ ਮਾਰ ਕੇ ਗੱਲ ਵੀ ਇੰਜ ਕਰਦੇ ਆ ਮੋਦੀ ਦੀ ਆ ਗਾਰੰਟੀ ਮੋਦੀ ਦੀ ਸਰਕਾਰ ਦੀ ਨਹੀਂ ਕਹਿੰਦੇ ਤਸੀਂ ਸੁਣ ਲਓ ਰਾਜ ਸਭਾ ਦੀਆਂ ਜਿਹੜੀਆਂ ਉਹਨਾਂ ਦੇ ਭਾਸ਼ਣ ਹੋਣੇ ਸੀਗੇ ਰਾਜ ਸਭਾ ਦੇ ਵਿੱਚ ਉਹ ਫਿਰ ਪ੍ਰਧਾਨ ਮੰਤਰੀ ਦਾ ਕਹਿੰਦੇ ਇਹ ਨਹੀਂ ਕਹਿੰਦੇ ਮੋਦੀ ਸਕੀਮ ਮੋਦੀ ਸਕੀਮ ਅਜੇ ਤੱਕ ਤੇ ਪ੍ਰਧਾਨ ਮੰਤਰੀ ਉਹ ਵੀ ਪ੍ਰਧਾਨ ਮੰਤਰੀ ਵੀ ਉੱਡ ਜਾਣਾ ਉਹ ਮੋਦੀ ਦਾ ਰਾਹਤ ਪ੍ਰੋਗਰਾਮ ਮੋਦੀ ਦੇ ਲੋਕਾਂ ਨੂੰ ਘਰ 'ਚ ਪਾਣੀ ਬਣਾਉਣ ਦੀ ਸਕੀਮ ਇਹ ਮੋਦੀ ਦੇ ਨਾਂ ਤੇ ਚੱਲ ਪੈਣੀ ਥੋੜੀ ਦੇਰ ਤੱਕ ਇਸ ਕਿਸਮ ਦਾ ਜਦੋਂ ਉੱਥੇ ਇੰਨਾ ਹੁੰਦਾ ਤੇ ਉਹ ਉਹਨਾਂ ਨੇ ਢੱਲੇਵਾਲ ਨੇ ਮੈਂ ਕੋਈ ਉਹਨਾਂ ਦੀ ਵਕਾਲਤ ਨਹੀਂ ਕਰ ਰਿਹਾ ਪਰ ਇਹੀ ਕਿਹਾ ਨਾ ਕਿ ਅਲਟੀਮੇਟਲੀ ਫੈਸਲਾ ਮੋਦੀ ਜੀ ਕਰਤੇ ਆ ਕੋਈ ਵੀ ਗੱਲ ਜਿਹੜੀ ਹੋਣੀ ਜਾਂ ਨਹੀਂ ਹੋਣੀ ਤੇ ਪਿਛਲੀ ਵਾਰੀ ਵੀ ਉਹਨਾਂ ਨੇ ਆ ਕੇ ਹੀ ਐਨਾਨਸ ਕੀਤਾ ਜੇ ਕੋਈ ੜਿੱਕਾ ਆ ਤੇ ਮੋਦੀ ਜੀ ਆ ਜੇ ਫੈਸਲਾ ਪੋਜ਼ਿਟਿਵ ਹੋਣਾ ਤੇ ਮੋਦੀ ਜੀ ਨੇ ਕਰਨਾ ਤੇ ਮੋਦੀ ਜੀ ਕਿਉਂਕਿ ਬੜੇ ਇਸ ਵੇਲੇ ਮਜ਼ਬੂਤੀ ਚ ਦਿਖ ਰਿਹਾ ਜਦ ਤੱਕ ਉਹਨਾਂ ਦੀ ਹਵਾ ਨਹੀਂ ਕੱਢਦੇ ਉਨੋਂ ਤੱਕ ਉਹਨਾਂ ਨੇ 네ਗੋਸ਼ੀਏਸ਼ਨ ਟੇਬਲ ਤੇ ਆਉਣਾ ਨਹੀਂ ਇਹ ਹੀ ਗੱਲ ਕਹੀ ਹੈ ਮੀਡੀਆ ਪਤਨਯੋਦੀ ਕੀ ਇੰਟਰਪ੍ਰੀਟੇਸ਼ਨ ਬਣਾ ਰਿਹਾ ਕਿ ਦੇਖੋ ਜੀ ਇਹ ਪੋਲੀਟੀਕਲ ਆ ਪੋਲੀਟੀਕਲ ਤੇ ਪੋਲੀਟੀਕਲ ਬੰਦੀਆਂ ਨਾਲ ਪੋਲੀਟੀਕਲ ਹੀ ਆ ਮੋਦੀ ਜੀ ਬਿਲਕੁਲ ਨਹੀਂ ਆਏਗੇ ਤੇ ਹੋਰ ਕੌਣ ਆਓਗੇ ਤੇ ਸਾਧੂ ਸੰਤ ਹੈਗੇ ਆ ਉਹ ਤੇ ਫਕੀਰ ਉਦੋਂ ਹੋਣਗੇ ਜਦੋਂ ਪੋਲੀਟਿਕਸ ਛੱਡ ਦੇਣਗੇ ਉਹਨਾਂ ਨੇ ਕਿਹਾ ਸੀਗਾ ਕਿ ਹਮ ਤਾਂ ਫਕੀਰ ਹੈ ਚਲੇ ਜਾਏਗੇ ਦੁਬਾਰਾ ਆਰਐਸਐਸ ਦਾ ਕੰਮ ਸ਼ੁਰੂ ਕਰ ਦਾਂਗੇ ਉਹ ਹੁੰਦਾ ਨਹੀਂ ਹੁੰਦਾ ਉਹ ਤੇ ਗੱਲਾਂ ਹੁੰਦੀਆਂ ਦੇ ਇਸ ਕਰਕੇ ਉਹ ਫਕੀਰ ਨਹੀਂ ਹੈ ਉਹ ਵੱਡੇ بڑے ਤਕੜੇ ਸਟਾਲਵਰਟ ਹੈਗੇ ਆ ਬੀ ਜੀ ਪੀ ਦੇ ਰਾਈਟ ਟਾਈਪ ਦੀ ਦੇਸ਼ ਦੇ ਵਿੱਚ ਪੋਲਿਟਿਕਸ ਦੇ ਹੁਣ ਸਵਾਲ ਸਗੋਂ ਸੋਚਣ ਵਾਲਾ ਇਨਾਂ ਲਈ ਹੈ ਆਪਸ ਵਿੱਚ ਜੋ ਚੀ ਮੰਿਸਟਰ ਨੇ ਕਹਿਣਾ ਉਹਨਾਂ ਨੇ ਕਹਿ ਦਿੱਤਾ ਉਹਨਾਂ ਨੇ ਆਪਣੀਆਂ ਗੱਲਾਂ ਰੱਖਤੀਆਂ ਦੂਜੇ ਪਾਸੇ ਉਹ ਜਿਹੜੀ ਪੁਰਾਣੇ ਵਾਦੇ ਸੀ ਉਹ ਉਹਨਾਂ ਨੇ ਜਿਹਨੂੰ ਕਹਿੰਦੇ ਆ ਬਰਾਸ਼ਰ ਦਾ ਕਾਰਪਟ ਉਹ ਉਹਨਾਂ ਨੇ ਠੰਡੇ ਬਸਤੇ ਚ ਪਾਤੇ ਆ ਜਿ ਕਹਿ ਲੋ ਪੰਜਾਬੀ ਦੇ ਵਿੱਚ ਉਹ ਨਹੀਂ ਹੁਣ ਗੱਲ ਕਰਨਗੇ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਕਿ ਇਹਨਾਂ ਨੂੰ ਵੀ ਪੁੱਛਣਾ ਚਾਹੀਦਾ ਸੀ ਜਦੋਂ ਜਦੋਂ ਟੀਮ ਟੀਮ ਮਿਨਿਸਟਰ ਉੱਥੇ ਆ ਕੇ ਵਿੱਚ ਮੀਡੀਏਸ਼ਨ ਕਰ ਰਹੇ ਆ ਕੱਲ ਕੋਈ ਚੈਨਲ ਦੇ ਮੀਡੀਆ ਆਕਰ کہہ ਰਹੇ ਸੀ ਉਹ ਮੀਡੀਏ ਮੀਡੀਏਟਰ ਕਹਿਣਾ ਚਾਹੀਦਾ ਚਲੋ ਕੋਈ ਗੱਲ ਮੀਡੀਏਸ਼ਨ ਜਦੋਂ ਕਰ ਹੀ ਰਹੇ ਆ ਤਾਂ ਇਹਨਾਂ ਨੂੰ ਅਹ ਪੁੱਛਣਾ ਉਹਨਾਂ ਨੂੰ ਵੀ ਪੁੱਛਣਾ ਚਾਹੀਦਾ ਸੀ ਕਿ ਉਹ ਤੇ ਸਾਡੇ ਸੂਤਰ ਨਹੀਂ ਆਉਂਦੇ ਹਰਿਆਣੇ ਤੋਂ ਸਾਨੂੰ ਨੰਗਣ ਨਹੀਂ ਦੇ ਰਹੇ ਮੋਦੀ ਜੀ ਬਹੁਤ ਦੂਰ ਬੈਠੇ ਆ ਤੇ ਤੁਸੀਂ ਤੇ ਸਾਡੇ ਕੋਲ ਹੀ ਆ ਤੁਸੀਂ ਸਾਡਾ ਸਹਾਰਾ ਬਣੋ ਤੁਸੀਂ ਕਹਿ ਰਹੇ ਹੋ ਤੁਹਾਡੇ ਪੁਰਾਣੇ ਵਾਦੇ ਆ ਬੁਢੀ ਉਹ ਵੀਡੀਓ ਦਿਖਾ ਵੀ ਦਿੰਦੇ ਇੰਜ ਕਰ ਨਾ ਹੀ ਨਹੀਂ ਲੈਂਦੇ ਪੁੱਛਣਾ ਵੀ ਚਾਹੀਦਾ ਨਾ ਤੁਸੀਂ ਵੀ ਤਾਂ ਵੋਟਾਂ ਇਸ ਕਰਕੇ ਲਈਆਂ ਕਿ ਐਸੀ ਦੇਾਂਗੇ ਕਾਂਗਰਸ ਨੂੰ ਕਿਹਾ ਵੀ ਉਤਾਰੋ ਫਿਰ ਜੇ ਨਹੀਂ ਸਰਕਾਰ ਤੇ ਦਿਆਂਗੇ ਐਸੀ ਦਿਆਂਗੇ ਉਹ ਕਿੱਥੇ ਗਏ ਬਾਦ ਇਹਨਾਂ ਨੂੰ ਵੀ ਸ਼ੀਸ਼ਾ ਦਿਖਾਉਣ ਦੀ ਲੋੜ ਹੈਗੀ ਆ ਔਰ ਦੂਸਰੇ ਪਾਸੇ ਮੈਨੂੰ ਲੱਗਦਾ ਕਾਲ ਦੇ ਵਿੱਚ ਛੇਤੀ ਨਾਲ ਭਾਲ ਖੱਟਣ ਲਈ ਤੇ ਨਾਂ ਚਮਕਾਉਣ ਲਈ ਸਾਡੇ ਜਿਹੜੇ ਕਿਸਾਨ ਵੀਰ ਗੈਰ ਸਿਆਸੀ ਐਸ ਕੇ ਐਮ ਢੱਲੇਵਾਲ ਤੇ ਪੰਦੇਰ ਇਹ ਆ ਤੇ ਗਏ ਆ ਤੇ ਕਾਲ ਦੇ ਵਿੱਚ ਕਿਉਂਕਿ ਅਸੀਂ ਅੱਗੇ ਚੱਲੀਏ ਤੇ ਬਾਕੀ ਤੇ ਆਪੇ ਪਿੱਛੇ ਖਿੱਚੇ ਜਾਣਗੇ ਇੰਨਾ ਨਹੀਂ ਹੁੰਦਾ ਇੰਨਾ ਵੀ ਕੋਈ ਹਲਕਾ ਨਹੀਂ ਹੁੰਦਾ ਜਾਂ ਤੁਹਾਡਾ ਇੰਜਣ ਐਡਾ ਵੀ ਵੱਡਾ ਨਹੀਂ ਕਿ ਸਾਰਿਆਂ ਨੂੰ ਆਪਣੀ ਮਰਜ਼ੀ ਨਾਲ ਜਿੱਧਰ ਨੂੰ ਮਰਜ਼ੀ ਖਿੱਚ ਕੇ ਲੈ ਜਾਊਗਾ ਹੁਣ ਤੁਸੀਂ ਫਸੇ ਫਸੇ ਹੋ ਜਾਓਗੇ ਜੇ ਇਸ ਤਰੀਕੇ ਨਾਲ ਮੀਟਿੰਗਾਂ ਤੇ ਮੀਟਿੰਗਾਂ ਹੁੰਦੀਆਂ ਰਹੀਆਂ মিডিਆ ਵੀ ਇੱਕ ਸਟੇਜ ਤੋਂ ਬਾਅਦ ਫਿਰ ਕਹੂਗਾ ਯਾਰ ਛੱਡੋ ਗੱਲ ਕੀ ਕਰਨੀ ਹੈ ਗੱਲ ਤੇ ਉੱਥੇ ਆ ਕੇ ਖੜੀ ਹੋ ਗਈ ਉਹਨਾਂ ਵਿੱਚ دلچਸਪੀ ਖਬਰ ਚ ਹੁੰਦੀ ਆ ਨਾ ਕਿ ਕਿਸੇ ਹੋਰ ਹੀ ਘੈਂਸ ਘੈਂਸ ਜਿਹੀ ਵਰਗੀਆਂ ਮੀਟਿੰਗਾਂ ਸ਼ੁਰੂ ਹੋ ਜਾਣ ਇਸ ਲਈ ਇਹਨਾਂ ਦਾ ਫਰਜ਼ ਬਣਦਾ ਕਿ ਸਾਰੇ ਬਾਕੀ ਪੰਜਾਬੀ ਵੀਰਾਂ ਨੂੰ ਬਾਕੀ ਐਸ ਕੇ ਐਮ ਨੂੰ ਅਗਰਾਹਾ ਨੂੰ ਹੋਰ ਜਿਹੜੇ ਵੀ ਹੈਗੇ ਆ ਪੰਜਾਬੀਆਂ ਨੂੰ ਵੀ ਨੌਜਵਾਨਾਂ ਨੂੰ ਵੀ ਖੁਦ ਅਪੀਲ ਕਰਨ ਕਿ ਆਓ ਆਪਾਂ ਇਕੱਠੇ ਹੋਈਏ ਇਹ ਅਜੇ ਇਸ ਗੱਲ ਤੇ ਬੈਠੀ ਹੋਇਆ ਕਿ ਨਹੀਂ ਅਸੀਂ ਇਕੱਲੇ ਹੀ ਮੋਦੀ ਮੰਗੂ ਇੰਜਣ ਖਿੱਚ ਕੇ ਲੈ ਜਾਗੇ ਮੂਵਮੈਂਟ ਦਾ ਪੰਜਾਬ ਦੇ ਮੁੱਦਿਆਂ ਦਾ ਇਕੱਲਾ ਹੀ ਬੱਲੇ ਬੱਲੇ ਕਰਾ ਦੇਵਾਂਗੇ ਜੀ ਕੋਈ ਇਹੋ ਜਿਹਾ ਮੰਤਰ ਹੈ ਤੇ ਹੋਰ ਦੋ ਚਾਰ ਮੀਟਿੰਗਾਂ ਦੇਖ ਲੈਣ ਪਰ ਉਦੋਂ ਤੱਕ ਸੱਚੀ ਮੁੱਚੀ ਇਲੈਕਸ਼ਨ ਕੋਡ ਲੱਗ ਜਾਣਾ ਤਾਂ ਫੇਰ ਇਹ ਗੱਲ ਆਈ ਗਈ ਹੋ ਸਕਦੀ ਹੈ ਬਿਲਕੁਲ ਕੁਰਸੀ ਘਵਾਣ ਦੀ ਗੱਲ ਹੈ ਮੁੱਖ ਮੰਤਰੀ ਭਗਵੰਤ ਪਾਣ ਇਧਰਲੇ ਪਾਸੇ ਬੈਠੇ ਨੇ ਘਵਾ ਕੇ ਉਧਰ ਨੂੰ ਮੂੰਹ ਕਰ ਲੈਣ ਕਿ ਚਲੋ ਹੁਣ ਕੇਂਦਰ ਵਾਲੇ ਤੇ ਨਿਕਲ ਕੇ ਬਾਹਰ ਹੁਣ ਤੁਸੀਂ ਦੱਸੋ ਵੀ ਤੁਸੀਂ ਖੇਤੀ ਨੀਤੀ ਬਾਰੇ ਕੀ ਕਰਦੇ ਹੋ ਤੁਸੀਂ ਉਹ ਐਮਐਸਪੀ ਬਾਰੇ ਕੀ ਕਰਦੇ ਹੋ ਤੁਸੀਂ ਕਿਹੜਾ ਪਾਣੀ ਦੀਆਂ ਵਿਚਾਰਾਂ ਜਾਂ ਡਾਂਗਾ ਨਹੀਂ ਫਿਰ ਤੇ ਤੁਸੀਂ ਤੇ ਚੰਡੀਗੜ੍ਹ ਨਹੀਂ ਐਂਟਰ ਹੋਣ ਦਿੰਦੇ ਇਹ ਸਾਰੇ ਸਵਾਲ ਫਿਰ ਨਾਲ ਉਹਨਾਂ ਨੂੰ ਉਧਰ ਵੀ ਕਰਦੇ ਨੇ ਚਾਹੀਦੇ ਨੇ ਪਰ ਚਲੋ ਆਪਾਂ ਐਜ਼ ਅ ਮੀਡੀਆ ਜ਼ਿੰਮੇਵਾਰੀ ਵਧਦੀ ਹੈ ਆਪਾਂ ਨਾਲ ਨਾਲ ਕਰਦੇ ਰਹੀਏ ਅੱਛਾ ਪ੍ਰੋਫੈਸਰ ਵੀ ਇੱਕ ਹੋਰ ਗੱਲ ਜਿਵੇਂ ਸਿਰਸਾ ਸਾਹਿਬ ਨੇ ਕਿਹਾ ਕਿ ਜੀ ਤੁਸੀਂ ਮੈਂ ਨਹੀਂ ਚਾਹੁੰਦਾ ਕਿ ਸਿੱਖਾਂ ਨਾਲ ਕੁਝ ਇਦਾਂ ਦਾ ਹੋਵੇ ਮੋਦੀ ਸਾਹਿਬ ਦੀਆਂ ਪ੍ਰਾਪਤੀਆਂ ਵੀ ਦੱਸ ਰਹੇ ਨੇ ਤੇ ਨਾਲੋਂ ਨਾਲ ਕਹਿ ਰਹੇ ਨੇ ਕੋਡ ਆਫ ਕੰਡਕਟ ਵੀ ਲੱਗ ਜਾਏਗਾ ਕਿਤੇ ਇਹ ਤਾਂ ਨਹੀਂ ਕਿ ਮਤਲਬ ਕਿ ਬੀਜਪੀ ਜਿਵੇਂ ਉਹ ਰਾਮ ਮੰਦਰ ਦੀ ਗੱਲ ਹੈ ਕਿ ਉਹ ਗੱਲ ਨਹੀਂ ਉਸ ਤਰੀਕੇ ਦੇ ਨਾਲ ਬਣੀ ਤੇ ਹੌਣ ਹੌਲੀ ਜਦੋਂ ਨੂੰ ਕੋਡ ਕੋਡ ਆਫ ਕੰਡਕਟ ਲੱਗਣਾ ਹੈ ਉਦੋਂ ਨੂੰ ਮੋਦੀ ਸਾਹਿਬ ਇੱਕੋ ਦਮ ਨਿਕਲ ਕੇ ਆਣ ਤੇ ਕਹਿਣ ਜੀ ਇਹ ਮੋਦੀ ਦੀ ਗਰੰਟੀ ਹੈ ਕਿ ਐਮਐਸਪੀ ਤੁਹਾਨੂੰ ਮਿਲੇਗੀ ਮਤਲਬ ਕਹਿਣਾ ਹੀ ਪਿਆ ਕਿ ਰਾਹੁਲ ગાંધી ਨੇ ਵੀ ਕਹਿ ਦਿੱਤਾ ਤੇ ਉਹਦੇ ਨਾਲ ਮੁੜ ਕੇ ਫੇ ਢੋਲ ਵੱਜਦੇ ਆ ਜਾਣ ਕਿ ਦੇਖੋ ਜੀ ਮੋਦੀ ਸਾਹਿਬ ਨੇ ਗਰੰਟੀ ਦੇ ਦਿੱਤੀ ਐਮਐਸ ਕੁਝ ਇਸ ਪਾਸੇ ਬੰਨੂ ਤਾਂ ਨਹੀਂ ਤੋੜਿਆ ਜਾ ਰਿਹਾ ਆ ਇਹ ਸਾਡੀ ਬੜੀ ਪਰਸਪੈਕਟਿਵ ਗੱਲ ਆ ਕਿ ਆਮ ਜਨਤਾ ਨੂੰ ਜਦੋਂ ਸਾਡੇ ਲੀਡਰ ਹੀ ਢੰਡੋਰ ਚ ਬਣ ਜਾਣਗੇ ਤੇ ਨਾਲ ਢੰਡੋਰਾ ਪਿੱਟਣ ਲੱਗਣਗੇ ਬੀਜਪੀ ਜਾਂ ਪ੍ਰਧਾਨ ਮੰਤਰੀ ਆਪਣੀ ਸਕਿਨ ਬਚਾਉਣ ਲਈ ਆਪਣੀ ਖਲ ਬਚਾਉਣ ਲਈ ਵੀ ਹੁਣ ਸਾਡੇ ਕੋਲ ਰਾਹ ਕੋਈ ਨਹੀਂ ਚੋਂ ਵੋਟਾਂ ਲੈਣੀਆਂ ਤੇ ਕਿਸਾਨਾਂ ਦੇ ਹੱਕ ਵਿੱਚ ਥੋਕੇ ਬਿਆਨ ਦੇ ਦਿਓ ਇਹ ਰਿਟਰਨ ਚ ਕੁਛ ਨਹੀਂ ਹੋਊਗਾ ਦੂਸਰੇ ਪਾਸੇ ਇਹ ਕਿਸਾਨ ਕੇ ਇਹਨਾਂ ਨੂੰ ਲੱਗੇ ਕਿ ਅਸੀਂ ਫਸ ਗਏ ਹਾਂ ਹੁਣ ਕੁਛ ਤੇ ਦਿਖਾਉਣਾ ਤੇ ਰੌਲਾ ਪਾ ਦੇ ਜਿੰਨਾ ਵੀ ਵਾਤਵਾਤ ਪਿੰਦਾ ਹੋ ਗਿਆ ਹੋ ਗਿਆ ਹੋ ਗਿਆ ਉਧਰ ਵੀ ਡੀਆ ਵੀ ਟੰਡੋਰ ਚ ਆ ਤੇ ਉਹਨਾਂ ਨੂੰ ਵੀ ਇਹ ਗੱਲ ਸੂਟ ਕਰੂਗੀ ਉਹ ਵੀ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਔਰ ਮੈਨੂੰ ਲੱਗਦਾ ਇੰਨਾ ਸੌਖਾ ਵੀ ਨਹੀਂ ਹੋਊਗਾ ਜਿਹੜੀਆਂ ਬਾਕੀ ਦੀਆਂ ਯੂਨਿਨਾਂ ਹੈਗੀਆਂ ਇਹਦੇ ਚ ਐਸਕੇਮ ਬਾਕੀ ਜਿਹੜੀ ਪੁਰਾਣਾ ਐਸਕੇਮ ਆ ਤੇ ਅਗਰਾਹਾਂ ਇਹ ਵੱਡੀਆਂ ਤਾਕਤਾਂ ਹੈਗੀਆਂ ਉਹ ਇਸ ਗੱਲ ਤੋਂ ਪੂਰੇ ਸਰਕਾਰ ਕਾ ਉਹ ਇਸ ਗੱਲ ਦਾ ਸਵਾਲ ਤੇ ਕਰਨਗੇ ਕਿ ਕੀ ਬਿਆਨ ਦੇ ਨਾਲ ਹੀ ਹੋ ਗਿਆ ਜਾਂ ਕੋ ਤੁਹਾਨੂੰ ਲਿਖਤੀ ਮਿਲਿਆ ਤੇ ਬਿਆਨ ਤੇ ਇਹ ਤੇ ਪਹਿਲਾਂ ਵੀ ਕਿਹਾ ਸੀ ਇਸਨਾ ਮੋਦੀ ਜੀ ਨੇ ਤੇ 2013 ਚ ਵੀ ਕਿਹਾ ਸੀ ਉਹਨਾਂ ਦੇ 15-15 ਲੱਖ ਰੁਪਏ ਦਾ ਵੀ ਵਾਅਦਾ ਕੀਤਾ ਸੀ ਬਾਅਦ ਚ ਕਹਿੰਦੇ ਜੁਮਲਾ ਉਹ ਕਹਿ ਦੇਣਗੇ ਚੋਣਾਂ ਤੋਂ ਬਾਅਦ ਵੀ ਇਹ ਤੇ ਜੁਮਲਾ ਆ ਹੁਣ ਤੇ ਨਾਲੇ ਕੋਈ ਵਾਕੀ ਵਿਰੋਧੀ ਪਾਰਟੀਆਂ ਦਾ ਅਸੀਂ ਬਿਲਕੁਲ ਕੁਝ ਖਰੀਦ ਲੈਣੀਆਂ ਪੈਸਾ ਇਹਨਾ ਆ ਨਹੀਂ ਹੁਣ ਪਤਾ ਆ ਜੇ ਖਰੀਦ ਪਹੁੰਚ ਗਿਆ ਇੱਥੇ ਤੇ ਥੋੜਾ ਜਿਹਾ ਟੋਟਦੀ ਆ ਸਕਦੀ ਬੈਂਕ ਚ ਪੈਸਾ ਘਟ ਵੀ ਸਕਦਾ ਤੇ ਨਹੀਂ ਤੇ ਜਿਸ ਕਿਸਮ ਨਾਲ ਮਹਾਰਾਸ਼ਟਰ ਬਿਹਾਰ ਉਹਨਾਂ ਦੀ ਤੇ ਬੱਲੇ ਬੱਲੇ ਐ ਇਸ ਵੇਲੇ ਉਹ ਤੇ ਸਰਕਾਰ ਹੀ ਜਿਹੜੀ ਛੋਟੀ ਮੁੱਡੀ ਸਰਕਾਰ ਨੂੰ ਤੇ ਉਂਝ ਹੀ ਨਿਗਲ ਹੀ ਜਾਂਦੇ ਆ ਪਤਾ ਵੀ ਨਹੀਂ ਲੱਗਦਾ ਕਿ ਉਹ ਕਿੱਧਰ ਗਈ ਤੇ ਕਿੱਧਰ ਨਹੀਂ ਗਈ ਤੇ ਜੇ ਮਹਾਰਾਸ਼ਟਰ ਦੀਆਂ ਸਰਕਾਰਾਂ ਚੈਨਾ ਉੱਥਲ ਪੁੱਥਲ ਹੋ ਸਕਦੀ ਪਾਰਟੀ ਦੀ ਪਾਰਟੀ ਖਰੀਦੀ ਜਾ ਸਕਦੀ ਦੋਵੇਂ ਭਾਰਟੀਆਂ ਅਲੱਗ ਸਿੰਬਲ ਦਿੱਤਾ ਜਿਹੜੀਆਂ オリジナル ਪਾਰਟੀਆਂ ਉਹ ਡੰਡੇ ਬਚਾਉਂਦੇ ਦੋਵੇਂ ਲੀਡਰ ਰਹਿ ਕੇ ਸ਼ਿਵ ਸੈਨਾ ਵੀ ਤੇ ਐਨਸੀਪੀ ਵੀ ਤੇ ਨਵੇਂ ਉਹਨਾਂ ਨੂੰ ਉਹਨਾਂ ਕੋਲ ਸਿੰਬਲ ਵੀ ਖੋਲੇ ਤੇ ਪਾਰਟੀਆਂ ਨਾਲ ਆਪਣੇ ਬਿਠਾ ਲਿਆ ਇਹ ਸ਼ਕਤੀ ਮੋਦੀ ਸ਼ਕਤੀ ਹੈਗੀ ਆ ਉਹ ਉੱਥੇ ਉਸ ਪਾਸੇ ਨੂੰ ਫਿਰ ਜਦੋਂ ਦੇਸ਼ ਜਾਊਗਾ ਤਾਂ ਫਿਰ ਮੈਨੂੰ ਲੱਗਦਾ ਕਿ ਸ਼ਾਇਦ ਇਹ ਮੌਕੇ ਇਸ ਕਿਸਮ ਦੇ ਮੁਕਾਬਲੇਬਾਜ਼ੀ ਦੇ ਵੀ ਨਾ ਛੱਡਣੇ ਤੇ ਜਿਹੜੀ ਸਿਵਲ ਰਾਈਟਸ ਦੀਆਂ ਡੈਮੋਕਰੈਟਿਕ ਮੂਵਮੈਂਟਸ ਦੀਆਂ ਸਾਥ ਦੀਆਂ ਐਮਐਸਬੀ ਦੀਆਂ ਗੱਲਾਂ ਜਿਹੜੀਆਂ ਉਹ ਸ਼ਾਇਦ ਫਿਰ ਹੋਰ ਪਿੱਛੇ ਪੈ ਜਾਣ ਇਸ ਲਈ ਜਿਹੜੀ ਮੂਵਮੈਂਟ ਛੇੜਨੀ ਸੀਗੀ ਇਸ ਨੂੰ ਬਹੁਤ ਸੋਚ ਸਮਝ ਕੇ ਛੇੜਨਾ ਚਾਹੀਦਾ ਸੀ ਕਿ ਆਉਣ ਵਾਲਾ ਸਮਾਂ ਤੁਹਾਨੂੰ ਕਿਹੋ ਜਿਹਾ ਦਿਖਦਾ ਪਰ ਜਿਹੜਾ ਤੁਸੀਂ ਸਵਾਲ ਖੜਾ ਕੀਤਾ ਇਹ ਬਹੁਤ ਅਹਿਮ ਸਵਾਲ ਆ ਕਿ ਕਿਤੇ ਰਲ ਮਿਲ ਕੇ ਜਨਤਾ ਨੂੰ ਤੇ ਕਿਸਾਨਾਂ ਨੂੰ ਬੇਵਕੂਫ ਬਣਾਉਣ ਦਾ ਕੋਈ ਪਿੱਛੇ ਸਾਜ਼ਿਸ਼ਤ ਨਹੀਂ ਚੱਲ ਰਹੀ ਇਹਦੇ ਤੋਂ ਸਤਾਰ ਕਰਨ ਲਈ ਆਮ ਕਿਸਾਨਾਂ ਨੂੰ ਤੇ ਪੰਜਾਬੀਆਂ ਨੂੰ ਬਹੁਤ ਜ਼ਰੂਰੀ ਹੈ سوال ਤਾਂ ਉਹ ਵੀ ਵੱਡਾ ਹੁੰਦਾ ਨਾ ਮੈਂ ਸਿਰਸਾ ਸਾਹਿਬ ਦੀ ਗੱਲ ਦੁਬਾਰਾ ਰਿਪੀਟ ਕਰਦਾ ਕਿ ਕੌਮ ਦਾ ਨੁਕਸਾਨ ਨਾ ਹੋਵੇ ਮਤਲਬ ਹੋਰ ਕਿੰਨਾ ਕੁ ਨੁਕਸਾਨ ਜੇ ਪੰਜਾਬ ਦੇ ਵੀ ਨੁਕਸਾਨ ਦੀ ਗੱਲ ਕਰੋ ਤੇ ਹੋਰ ਕਿੰਨਾ ਕੁ ਨੁਕਸਾਨ ਕਰ ਸਕਦੀ ਹੈ ਬੀਜੇਪੀ ਜਿਸ ਹੱਦ ਤੱਕ ਹੁਣ ਤੱਕ ਕਰ ਦਿੱਤਾ ਗਿਆ ਜਾਂ ਆਰਡੀਐਫ ਫੰਡ ਰੋਕਣੇ ਜਾਂ ਜੋ ਵੀ ਪੰਜਾਬ ਦੀ ਸੰਗੀ ਕੁੱਟਣ ਵਾਲਾ ਕੰਮ ਹੈ ਵੱਦੀ ਸਿੰਘਾਂ ਦੇ ਮਸਲੇ ਹੱਲ ਨਾ ਕਰਨਾ ਲੋਕਾਂ ਦੇ ਮਨਾਂ 'ਚ ਖਾਸ ਕਰਕੇ ਸਿੱਖਾਂ ਦੇ ਮਨਾਂ 'ਚ ਉਹਦੀ ਛਵੀ ਛੱਡਣਾ ਕਿ ਜੀ ਕੁਝ ਨਹੀਂ ਕਰਨਾ ਅਸੀਂ ਤੁਸੀਂ ਜੋ ਕਰਨਾ ਕਰ ਲੋ ਇੱਕ ਪੰਜਾਬ ਨੂੰ ਇੱਕ ਤਰੀਕੇ ਦਾ ਪਾਕਿਸਤਾਨ ਬਣਾ ਕੇ ਰੱਖ ਦਿੰਦੇ ਆਂ ਆਹਾਂ ਮੈਨੂੰ ਨਹੀਂ ਸਮਝ ਆਉਂਦੀ ਮੇਰਾ ਇਹਦੇ ਤੇ ਕੀ ਕਮੈਂਟ ਹੋ ਸਕਦਾ ਆ ਆਪਣਾ ਕਿਉਂਕਿ ਇਸ ਵੇਲੇ ਜਿਹੜੇ ਬਾਕੀ ਦੇ ਸਾਰੇ ਮਾਮਲੇ ਆ ਜਿਹੜੇ ਤੁਸੀਂ ਕਹਿ ਰਹੇ ਆ ਸਿੱਖੀ ਦੇ ਘੱਟ ਗਿਣਤੀਆਂ ਦੇ ਉਹ ਜੇ ਜਦ ਤੱਕ ਸਾਡੀ ਐਸਜੀਪੀਸੀ ਜਾਂ ਸ਼੍ਰੋਮਣੀ ਅਕਾਲੀ ਦਲ ਜੇ ਉਹ ਫਰੰਟਲ ਤੌਰ ਤੇ ਨਹੀਂ ਲੜਦੇ ਹੋਰ ਕੋਈ ਸਾਨੂੰ ਸ਼ਕਤੀ ਇੰਜ ਦਿਖਦੀ ਨਹੀਂ ਹੈਗੇ ਆ ਪਰ ਉਹ ਉਹਨਾਂ ਮਾਸ ਚਿਹਰਾ ਵੱਡੇ ਪੱਧਰ ਤੇ ਸਪੋਰਟ ਨਹੀਂ ਬਣਦੀ ਆ ਤੁਹਾਡੇ ਸਾਹਮਣੇ ਇਹ ਮਹਾਲੀ ਦੇ ਵਿੱਚ ਕਿੰਨੇ ਚਿਰ ਦਾ ਮੋਰਚਾ ਲੱਗਾ ਆ ਉਹਦੇ ਤੋਂ ਕੋਈ ਆਪਾਂ ਨੂੰ ਨਿਜ਼ਾਤ ਰਾਹਤ ਜੀ ਬੰਦੀ ਸਿੰਘਾਂ ਨੂੰ ਛਡਾਉਣ ਦੀ ਕੌਮੀ ਇਨਸਾਫ ਮੋਰਚੇ ਦਾ ਕਿੱਡੇ ਇੱਕ ਵੱਡੇ ਮਾਸ ਮੂਵਮੈਂਟ ਤੇ ਨਹੀਂ ਨ ਬਣਦੀ ਹੈ ਮਾਸ ਮੂਵਮੈਂਟ ਨਹੀਂ ਬਣਦੀ ਤੇ ਕੋਈ ਦਬਾਅ ਨਹੀਂ ਬਣਦਾ ਦਬਾਅ ਨਹੀਂ ਬਣਦਾ ਤੇ ਉਹ ਸਾਡੀ ਸੁਣਦੇ ਨਹੀਂ ਹੈ ਮਾਸ ਦਬਾਅ ਬਣਦਾ ਕਿਸਾਨਾਂ ਦਾ ਉਸ ਦਾ ਵੀ ਆਪਾਂ ਜਿਸ ਤਰੀਕੇ ਨਾਲ ਚਰਚਾ ਕਰ ਰਹੇ ਹਾਂ ਕਿ ਕਿੰਨਾ ਕੈਸ ਵੇਲੇ ਰਹੂਗਾ ਕਿੰਨਾ ਰਹੀ ਰਹੂਗਾ ਇਸ ਤੇ ਬਹੁਤ ਹੀ ਸਤਰਕ ਰਹਿਣ ਦੀ ਤੇ ਬੜੀ ਬੜੀ ਫਾਰਸਾਈਟਡਨੈਸ ਸਾਨੂੰ ਆਉਣ ਵਾਲੇ ਸਮੇਂ ਨੂੰ ਮੱਦੇ ਨਜ਼ਰ ਰੱਖ ਕੇ ਸਾਰਾ ਅੱਜ ਦੇ ਪਿਉਂਤੜੇ ਲੈਣੇ ਚਾਹੀਦੇ ਆ ਪਰ ਜਿੱਥੇ ਤੱਕ ਕੌਮ ਦਾ ਸਰਸਾ ਸਾਹਿਬ ਦਾ ਸੁਤਿੰਦਰ ਉਹਨਾਂ ਦਾ ਤੇ ਕਿਸੇ ਤਰ੍ਹਾਂ ਤੁਹਾਨੂੰ ਪਤਾ ਹੀ ਆ ਫਿਰ ਉਹ ਕਿਸਾਨ ਲੀਡਰ ਵੀ ਹੈਗਾ ਤੇ ਕੌਮ ਦਾ ਉਹ ਜੋ ਆਪਣੇ ਆਪ ਤੇ ਕਾਫੀ ਸਮਝਦੇ ਇਸ ਕਰਕੇ ਉਹਨਾਂ ਦਾ ਬਿਆਨ ਦੇਣਾ ਉਸ ਕਿਸਮ ਦਾ ਗਾਹੀ ਬਗਾਹੀ ਜਾਏ ਤੇ ਬਿਲਕੁਲ ਉਧਰ ਸਰਨਾਬ ਸਾਹਿਬ ਕਹਿ ਰਹੇ ਨੇ ਕਿ ਕੁਰਸੀ ਦੀ ਭੁੱਖ ਹੈ ਇਹਨਾਂ ਨੂੰ ਟਿਕਟ ਚਾਹੀਦੀ ਹੈ ਇਸੇ ਕਰਕੇ ਉਸ ਪਾਸੇ ਵੱਲ ਦੀਆਂ ਗੱਲਾਂ ਕਰ ਰਹੇ ਨੇ ਸਮਝ ਦੱਸੇਗਾ ਜਿਹੜਾ ਭਾਰਤ ਬੰਦ ਦਾ ਸੱਦਾ ਉਹਨੂੰ ਕਿਉਂ ਵੇਖੇ ਕਿਉਂਕਿ ਬਾਕੀ ਕਿਸਾਨ ਜਿੱਤੇ ਬੰਦੇ ਉਹਦੇ ਚ ਰੂਨੀ ਸਾਹਿਬ ਨੇ ਹਰਿਆਣਾ ਕਿ ਅਸੀਂ ਵੀ ਤਿਆਰ ਬੈਠੇ ਹਾਂ 18 ਤਰੀਕ ਦਾ ਵੀ ਮੀਟਿੰਗ ਸਰਦੀ ਹੋਈ ਹੈ ਸਾਰੀਆਂ ਨੇਤੇ ਬੰਦੀਆਂ ਜਿਵੇਂ ਗਰਾਹਾ ਸਾਹਿਬ ਹੋ ਰਹੀ ਉਹ ਵੀ ਕੱਲ ਰੇਲਰ ਓਕੇ ਬੈਠੇ ਸੀ ਉਹਨਾਂ ਨੇ ਵੀ ਵੱਡੇ ਐਲਾਨ ਕੀਤੇ ਟਕੈਤ ਸਾਹਿਬ ਨੇ ਵੀ ਕੀਤੇ ਬਾਕੀ ਜਿੱਤੇ ਬੰਦੀਆਂ ਵੀ ਨਾਲ ਨਾਲ ਦੌੜ ਰਹੀਆਂ ਨੇ हां ਜਿਹੜੀਆਂ ਅਸਲ 'ਚ ਜਿਸ ਨੂੰ ਅਸੀਂ ਕਹਿ ਰਹੇ ਹਾਂ ਕਿ ਉਹ ਪਿੱਛੇ ਆ ਪਹੁੰਚਾ ਉਹ ਕਿਤੇ ਸੁਪਤੀਆਂ ਨਹੀਂ ਪਈਆਂ ਉਹ ਆਪਣੀ ਤਿਆਰੀ ਕਰ ਰਹੀ ਜਣਾ ਕਿ ਜੇ ਸਾਡੀ ਜਿਹੜੀ ਫਰੰਟਲ ਫੋਰਸ ਜਿਹੜਾ ਹਰਾਵਲ ਦਸਤਾ ਆ ਅੱਗੇ ਉਹ ਅਟਕ ਗਿਆ ਜਾਂ ਰੁਕ ਗਿਆ ਜਾਂ ਥੱਕ ਗਿਆ ਤੇ ਪਿੱਛੋਂ ਹੱਲਾ ਬੋਲ ਨਾਲ ਹੀ ਤਿਆਰ ਬੈਠਾ ਉਹ ਕਿਤੇ ਉਹ ਚੁੱਪ ਨਹੀਂ بیٹھے ਹੈਗੇ ਉਨੇ ਕਿੰਨਾ ਕੋ ਉਹਨਾਂ ਨੂੰ ਮੌਕਾ ਲੱਗਦਾ ਜਾਂ ਸਰਕਾਰ ਕਿੰਨੀ ਕਿੰਨਾ ਤੋਂ ਡਰੀ ਹੋਈ ਤੇ ਇਸ ਗੱਲ ਦੇ ਉੱਤੇ ਕਿਉਂਕਿ ਰਾਜਨੀਤਿਕ ਤੌਰ ਦੇ ਉੱਤੇ ਉਹਨਾਂ ਨੂੰ ਨੁਕਸਾਨ ਤੇ ਹੋ ਰਿਹਾ ਇਹਦੇ 'ਚ ਕੋਈ ਦੋ ਰਾਏ ਨਹੀਂ ਇਸ ਗੱਲ ਦੇ ਉੱਤੇ ਪਾਵੇਂ ਡੱਲੇਵਾਲ ਹੋਣਾ ਸਹਿ ਸੁਭਾਈ ਕੀਤਾ ਹੋਵੇ ਉਹਨਾਂ ਨੂੰ ਇਹ ਪਤਾ ਕਿ ਉਹ ਜਿਹੜੀ ਬੜੀ ਹਵਾ ਭਰੀ ਹੋਈ ਸੀ ਧਰਮ ਦੇ ਨਾਂ ਦੇ ਉੱਤੇ ਬੀਜਪੀ ਦੇ ਵਿੱਚ ਖਾਸ ਕਰਕੇ ਯੁੱਧਿਆ ਵਾਲੇ ਰਾਮ ਮੰਦਰ ਦੇ ਨਾਂ ਤੇ ਉਸ ਨੂੰ ਉਸ ਨੂੰ ਬੈਕਫੁੱਟ ਤੇ ਲਿਜਾਣ ਲਈ ਉਹ ਹੁਣ ਲੋਕਾਂ ਦੇ ਮਨਾਂ ਚ ਸੈਕੰਡਰੀ ਹੋਵੇ ਤੇ ਕਿਸਾਨਾਂ ਵਾਲਾ ਮੁੱਦਾ ਜਿਹੜਾ ਦੇਸ਼ ਦੇ ਵਿੱਚ ਕਿਸਾਨ ਕਿਤੇ ਥੋੜੇ ਥੋੜੀ ਐ ਉਹ ਮੁੱਦੇ ਨੂੰ ਪ੍ਰਾਇਮਰੀ ਲਿਆਉਣ ਲਈ ਇੱਕ ਨਕਸਾਨ ਤੇ ਬੀਜੇਪੀ ਨੂੰ ਇਸ ਗੱਲ ਦਾ ਹੋਰ ਆ ਉਹ ਵੀ ਚਾਹਣਗੇ ਕਿ ਇਹਦਾ ਛੇਤੀ ਤੋਂ ਛੇਤੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਟੱਕਣ ਇਸ ਗੱਲ ਤੇ ਲਾਇਆ ਜਾਏ ਕਿਵੇਂ ਲੱਗਦਾ ਨਹੀਂ ਲੱਗਦਾ ਉਹ ਹੁਣ ਦੇਖਦੇ ਆ ਇਹ ਛੋੜਾ ਤਰੀਕ ਦਾ ਉਸੇ ਚੀਜ਼ ਦਾ ਹੀ ਨਾਲ ਦਾ ਹਿੱਸਾ ਹੈਗਾ ਕਿਉਂਕਿ ਉਹ ਬਿਖੇ ਉਨ੍ਹਾਂ ਨੇ ਆਪਣੇ ਤੌਰ ਤੇ ਉਹਨਾਂ ਨੂੰ ਪਤਾ ਇਸ ਗੱਲ ਦਾ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਹੁਣ ਐਤਵਾਰ ਦਾ ਜੇ ਨਹੀਂ ਰਿਜ਼ਲਟ ਨਿਕਲਦਾ ਤੇ 18 ਤਰੀਕ ਨੂੰ ਉਹਨਾਂ ਨੇ ਜਿਹੜੀ ਮੀਟਿੰਗ 16 ਤੋਂ ਬਾਅਦ ਰੱਖੀ ਹੈ ਉਹਦੇ ਚ ਉਹ ਫੈਸਲਾ ਆਪਣੇ ਤੌਰ ਤੇ ਲੈਣਗੇ ਕਿ ਅਗਲਾ ਸਟੈਪ ਕੀ ਲੈਣਾ ਕਿੱਧਰ ਨੂੰ ਜਾਣਾ ਕਿ ਇਹਨਾਂ ਨੇ ਫਿਰ ਇਕੱਠੇ ਹੋ ਕੇ ਚੱਲਣਾ ਜਾਂ ਇਹਨਾਂ ਦਾ ਜਿਹੜੇ ਹੁਣ ਲੀਡਰ ਬਾਰਡਰਾਂ ਤੇ ਬੈਠੇ ਆ ਕਿ ਅਜੇ ਮਰਜ਼ੀ ਨਹੀਂ ਇਹ ਆਪ ਹੀ ਅਜੀ ਆਪਣੀ ਤੌਰ ਤੇ ਡੱਫਲੀ ਵਜਾਉਂਦੇ ਆ ਅਲੱਗ ਡੱਫਲੀ ਵਜਾਉਂਦੇ ਆ ਇਹ ਸੋਚਣ ਵਾਲੀ ਗੱਲ ਹੋਊਗੀ ਮੇਰੀ ਉਹਨਾਂ ਦੇ ਨਾਲ ਗੱਲ ਹੋਈ ਸੀ ਸੁਖਵਿੰਦਰ ਉਹ ਉਹਨਾਂ ਦੇ ਮਨ 'ਚ ਕੋਈ ਇਸ ਤਰ੍ਹਾਂ ਦਾ ਨਹੀਂ ਮੈਨੂੰ ਲੀਡਰਾਂ ਦੇ ਲੱਗਾ ਕਿ ਉਹ ਅਲੱਗ ਰਹਿਣਾ ਚਾਹੁੰਦੇ ਆ ਜਾਂ ਹਾਂ ਇਸ ਇੱਥੇ ਮੈਂ ਜੋੜਦਾ ਕਿ 16 ਦਾ ਅੱਜ ਭਾਰਤ ਬੰਦ ਹੈ 18 ਤਰੀਕ ਦੀ ਸ਼ਾਮ ਨੂੰ ਨਾਲੇ ਤੇ ਇਹਨਾਂ ਨੇ ਮੀਟਿੰਗਾਂ ਸੱਦੀਆਂ ਆਪਣੀਆਂ ਕਿ ਅਸੀਂ ਫੈਸਲਾ ਲਿਆਗੇ ਭਾਰਤ ਬੰਦ ਵਾਲਿਆਂ ਨੇ ਤੇ ਨਾਲੇ 18 ਨੂੰ ਹੀ ਐਤਵਾਰ ਜਿੱਦਣ ਇਹਨਾਂ ਨੇ 6:30 ਵਜੇ ਕੇਂਦਰ ਦੇ ਨਾਲ ਮੀਟਿੰਗ ਕਰਨੀ ਹੈ ਇਹ ਮਤਲਬ ਦੋਨੋਂ ਮੀਟਿੰਗਾਂ ਇੱਕੋ ਦਿਨ ਆ ਗਈਆਂ ਹੁਣ ਅ ਦੇਖੋ ਇਹ ਇਸ ਕਰਕੇ ਸੋਚ ਕੇ ਤੇ ਨਹੀਂ ਰੱਖੀ ਹੋਊਗੀ ਕੇਂਦਰ ਨੇ ਮੀਟਿੰਗ ਜਾਂ ਜਿਹੜੇ ਵੀ ਉਹ ਮਿਨਿਸਟਰ ਸਹਿਬਾਨ ਆਏ ਸੀਗੇ ਇਹ ਤੇ ਖਿੱਚ ਖਚਾ ਕੇ ਉਹ ਤੇ ਅਜੇ ਹੋਰ ਪੋਸਟਪੋਨ ਕਰਨਾ ਚਾਹੁੰਦੇ ਹੋਣਗੇ ਮੀਟਿੰਗ ਨੂੰ ਇੰਨੇ ਨੇ ਕਿਹਾ ਹੋਣਾ ਕਿ ਸਾਡੀਆਂ ਫੂਜਾਂ ਤੇ ਹੁਣ ਤਾਇਨਾਤ ਆਸੀ ਬਹੁਤ देर ਰੋਕ ਨਹੀਂ ਸਕਦੇ ਛੇਤੀ ਦੱਸੋ ਇਹ ਵਿੱਚੋਂ ਨੇਗੋਸ਼ੀਏਟ ਕਰਕੇ ਤੇ ਐਤਵਾਰ ਦੀ ਸ਼ਾਮ ਜਿਹੜੀ ਤੈ ਹੋਈ ਹੋਊਗੀ ਇਹ ਗੱਲ ਠੀਕ ਹੈ ਕਿ ਉਹ 18 ਨੂੰ ਉਹਨਾਂ ਨੇ ਵੀ ਮੀਟਿੰਗ ਕਰਨੀ ਆ ਪਰ ਉਹ ਤੇ ਆਪਣਾ ਬਿਆਨ ਇਹਨਾਂ ਤੋਂ ਪਹਿਲਾਂ ਦੇ ਜਾਣਗੇ ਆਪਣੀ ਪ੍ਰੈਸ ਕਾਨਫਰੰਸ ਇਹਨਾਂ ਤੋਂ ਪਹਿਲਾਂ ਕਰ ਜਾਣਗੇ ਵੀ ਜੀ ਹਾਂ ਵੀ ਆਪਾਂ ਨੂੰ ਸੋਚਣਾ ਚਾਹੀਦਾ ਕਿ ਪਿਛਲੀ ਵਾਰੀ ਅਸੀਂ ਸਿੰਗੂ ਟਿਕਰੀ ਬਾਰਡਰ ਤੇ ਗਾਜ਼ੀਪੁਰ ਪਰ ਬਾਰਡਰ ਤੇ ਉੱਤੇ ਸੀਗੇ ਤੇ ਐਤਕੀ ਤੇ ਅਸੀਂ ਘਰੇ ਹੀ ਬੈਠੇ ਹਾਂ ਜੇ ਫੌਜਾਂ ਨੂੰ ਬਾਹਰ ਹੀ ਨਹੀਂ ਨਿਕਲ ਦਿੱਤਾ ਘਰ ਤੋਂ ਇਸ ਲਈ ਸੁਖਵਿੰਦਰ ਉਹ ਵੀ ਇਸ ਗੱਲ ਦੇ ਉੱਤੇ ਕੁਝ ਨਾ ਕੁਝ ਆਪਣੀ ਚਰਚਾ ਕਿ ਅੱਗੇ ਇਸ ਮੂਵਮੈਂਟ ਨੂੰ ਇਸ ਮੰਗ ਨੂੰ ਕਿਵੇਂ ਤੋੜਨਾ ਹੈ ਕਿ ਇਕੱਠਾ ਬਲ ਕੇ ਮੇ ਇਕੱਠਾ ਕਰਨਾ ਸ਼ਾਇਦ ਕੋ ਇਹੋ ਜਿਹਾ ਫੈਸਲਾ ਉਹ ਕਰਨਗੇ ਪਰ ਉਹਨਾਂ ਦਾ ਜਿਹੜਾ ਅੱਜ 16 ਤਰੀਕ ਆਲਾ ਆ ਉਹ ਸੱਚੀ ਮੱਚੀ ਬੜੀ ਵੱਡੀ ਤਿਆਰੀ ਆ ਪٹرول ਪੰਪ ਬੰਦ ਹੋਣੇ ਆ ਖਾਸ ਖਾਸ ਗੱਡੀਆਂ ਨੂੰ ਜਿਹੜੀਆਂ ਜ਼ਰੂਰੀ ਐ ਐਮਰਜੈਂਸੀ ਵਾਲੀਆਂ ਉਹਨਾਂ ਨੂੰ ਪٹرول ਮਿਲੂਗਾ ਹੋਰ ਕਈ ਕਿਸਮ ਦੀਆਂ ਪੀਆਰਟੀਸੀ ਦਾ ਨਾਮ ਆ ਰਿਹਾ ਸੀਗਾ ਬਹੁਤ ਸਾਰੀਆਂ ਜਿੱਥੇ ਬੰਦੀਆਂ ਉਹ ਇਸ ਭਾਰਤ ਬੰਦ ਵਿੱਚ ਸ਼ਾਮਲ ਹੋ ਰਹੀਆਂ ਜਿਨ੍ਹਾਂ ਨੇ ਅਨਾਉਂਸਮੈਂਟ ਆਈਆਂ ਹੁਣ ਇਹ ਕਿੰਨਾ ਬੰਦ ਹੁੰਦਾ ਆ ਉਹ ਅੱਜ ਅਸੀਂ ਸਾਰੇ ਨਾਲ ਮਿਲ ਕੇ ਦੇਖਾਂਗੇ ਕਿ ਕਿੰਨਾ ਚੱਕਾ ਜਾਮ ਹੁੰਦਾ ਵੈਸੇ ਕਾਫੀ ਹੱਦ ਤੱਕ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਤਾਂ ਇਸ ਗੱਲ ਦਾ ਅਸਰ ਰਹੂਗਾ ਬਿਲਕੁਲ ਬਿਲਕੁਲ ਕਿਉਂਕਿ ਸਾਰੀਆਂ ਦਿੱਥੇ ਬੰਦੀਆਂ ਨਾਲ ਲੱਗ ਗਿਆ ਸ਼ਰੋਨੀ ਕਮੇਟੀ ਨੇ ਕਿਹਾ ਕਿ ਅਸੀਂ ਵੀ ਆਪਣੇ ਅਦਾਰੇ ਬੰਦ ਰੱਖਦੇ ਹਾਂ ਪੈਟਰੋਲ ਜਿਹੜੇ ਪੰਪਾਂ ਦੇ ਮਾਲਕ ਨੇ ਉਹ ਕਹਿੰਦੇ ਕਿ ਸਾਡੀਆਂ ਵੀ ਮੰਗਾਂ ਨੇ ਵਿੱਚ ਉਹਨਾਂ ਨੇ ਵੀ ਕਿਹਾ ਕਿ ਅਸੀਂ ਸੀਮਤ ਰੱਖ ਦਿਆਂ ਆਉਣ ਵਾਲੇ ਦਿਨਾਂ 'ਚ ਉਹਨਾਂ ਨੇ ਆਪਣੀ ਕਮੇਟੀ ਸੰਦ ਕਿ ਉਹ ਵੀ ਅੱਗੇ ਅੱਗੇ ਮਤਲਬ ਕਿ ਕੇਂਦਰ ਸਰਕਾਰ ਨੂੰ ਕਿਰਨ ਦੇ ਦੇਖਣ ਵਾਲਾ ਹੋਏਗਾ ਕਿ ਕਿੱਦਾਂ ਦਾ ਬਣਦਾ ਪ੍ਰੋਫੈਸਰ ਮਾਮਲਾ ਹਾਈ ਕੋਰਟ ਦੇ ਵਿੱਚ ਗਿਆ ਤੇ ਹਾਈ ਕੋਰਟ ਨੇ ਕਿਹਾ ਕਿ ਜੇ ਤੁਸੀਂ ਯੂਐਫਐਲ ਦੇ ਵਿੱਚ ਜਾਣਾ ਕਿਸਾਨਾਂ ਨੂੰ ਤਾੜਨਾ ਕੀਤੀ ਤੇ ਫਿਰ ਸਾਡੇ ਕੋਲੇ ਆਉਣ ਦੀ ਕੀ ਲੋੜ ਹੈ ਇਹਨੂੰ ਕਿਵੇਂ ਸਮਝਿਆ ਜਾਵੇ ਕਿ ਉਹ ਕਿਤਾ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਗੱਲ ਕੀਤੀ ਹੈ ਕਿ ਸਾਡੇ ਨਾਲ ਧੱਕਾ ਹੋ ਰਿਹਾ ਇੱਥੇ ਅ ਦੇਖੋ ਇਹ ਹੁਣ ਹਾਈ ਕੋਰਟ ਦੇ ਮਾਮਲਿਆਂ ਨਾਲ ਚੱਲੀ ਜਾਵੇ ਪੈਰਲਲ ਚੱਲੀ ਜਾਵੇ ਗੱਲ ਉਹਦੇ ਤੋਂ ਤੇ ਬਹੁਤ ਅੱਗੇ ਲੰਘ ਗਈ ਐ কোর্ਟਾਂ 'ਚ ਬੰਦੇ ਅਸਲ ਵਿੱਚ ਉਦੋਂ ਸਹਾਰਾ ਲੈਂਦੇ ਆ ਉਹਨਾਂ ਦੇ ਫੈਸਲਿਆਂ ਦਾ ਇੰਤਜ਼ਾਰ ਕਰਦੇ ਆ ਜਦੋਂ ਇਧਰੋਂ ਹੰਬ ਹਾਰ ਜਾਣ ਅਜੇ ਤੇ ਪੂਰਾ ਜੋਵਨ ਤੇ ਜੋਸ਼ ਵਿੱਚ ਮੋਮੈਂਟਮ ਉੱਪਰ ਨੂੰ ਜਾ ਰਿਹਾ ਜਾਂ ਉਹਨੂੰ ਜਾਣ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ ਜੇ ਤੇ ਫੌਜਾਂ ਟਣੀਆਂ ਆਈਆਂ ਹੁਣ ਠੀਕ ਹੈ ਕੋਰਟਾਂ ਦੇ ਵਿੱਚ ਹਿਊਮਨ ਰਾਈਟਸ ਦਾ ਹੋਊਗਾ ਇਹ ਹੋਊਗਾ ਕੋਰਟਾਂ ਕੀ ਆ ਵਾਤ ਵਾਤ ਇਹਦੇ ਵਿਰੁੱਧ ਤੇ ਕੋਈ ਫੈਸਲਾ ਨਹੀਂ ਦੇ ਸਕਦੀਆਂ ਕਿ ਲੋਕਾਂ ਨੂੰ ਪ੍ਰੋਟੈਸਟ ਕਰਨ ਦਾ ਅਧਿਕਾਰ ਨਹੀਂ ਹੈ ਉਹਨਾਂ ਦਾ ਫੈਸਲਾ ਤੇ ਇਹੀ ਹੋਊਗਾ ਸੁਖਵਿੰਦਰ ਕੇ ਇਹ ਜਿਹੜੇ ਆ ਬੈਰੀਕੇਡਿੰਗ ਆ ਜਾਂ ਹੋਰ ਆ ਪਹਿਲਾਂ ਵੀ ਇਹੋ ਜੇ ਕਮੈਂਟ ਬਾਗਾਹੇ ਬਗਾਹੇ ਆ ਰਹੇ ਆ ਕੋਰਟ ਮਨ ਲੋਕ ਇਹ ਤੁਸੀਂ ਉਹਨਾਂ ਦਾ ਬੁੱਢਲਾ ਅਧਿਕਾਰ ਪ੍ਰੋਟੈਸਟ ਕਰਦਾ ਇਸ ਤਰੀਕੇ ਨਾਲ ਉਹਨਾਂ ਤੋਂ ਖੋਇਆ ਨਹੀਂ ਜਾ ਸਕਦਾ ਜਿਵੇਂ ਬੋਲਣ ਦਾ ਅਧਿਕਾਰ ਜਿਵੇਂ ਟਰਾਂਸਪੇਰੈਂਸੀ ਦਾ ਫੰਡਾਂ ਦਾ ਜਿਹੜਾ ਕੱਲ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਦਿੱਤਾ ਉਹ ਬਹੁਤ ਵੱਡਾ ਫੈਸਲਾ ਹੋਊਗੀ ਇੱਕ ਬਹੁਤ ਚੁੰਕਾ ਦੇਣ ਵਾਲਾ ਬੀਜੇਪੀ ਲਈ ਤੇ ਛੋ ਵੀ ਸ਼ੱਕ ਨਹੀਂ ਹੈ ਉਹਨਾਂ ਲਈ ਰਾਜਨੀਤਿਕ ਤੌਰ ਤੇ ਤੇ ਜਨਤਾ ਲਈ ਇਹ ਬਹੁਤ ਸ਼ੋਭੀ ਸਾਗਨੀਆਂ ਇਸ ਕਿਸਮ ਦਾ ਜਿਹੜਾ ਉਹ ਚੱਲੀ ਚੱਲੀ ਜਾਂਦਾ ਨਾਲੋਂ ਨਾਲ ਇਹ ਹਿਊਮਨ ਰਾਈਟਸ ਬਾਰੇ ਵੱਤ ਉੱਪਰ ਹੋਈ ਹੀ ਮੇਰਾ ਖਿਆਲ ਹੈ ਕਿ ਇਹਨਾਂ ਦੇ ਹੱਕ 'ਚ ਇਹਨਾਂ ਨੂੰ ਸਹਾਰਾ ਮਿਲੂਗਾ ਹਾਂ ਇਸ ਗੱਲ ਨੂੰ ਟਾਲਣਾ ਕਿਵੇਂ ਆ ਇਸ ਗੱਲ ਨੂੰ ਉਹ ਲੌਂਡ ਆਰਡਰ ਦੀ ਪ੍ਰੋਬਲਮ ਬਣਾ ਕੇ ਕਿਉਂਕਿ ਕਾਨੂੰਨ ਦੇ ਸਾਰੀ ਕਿਸਮ ਦੀਆਂ ਇੰਟਰਪ੍ਰੀਟੇਸ਼ਨ ਹੁੰਦੀਆਂ ਹਨ ਉਹ ਜੋ ਖੱਟਰ ਸਾਹਿਬ ਤੇ ਵੇਜ ਅਨਿਲ ਵੇਜ ਪਹਿਲਾਂ ਹੀ ਕਹਿ ਰਹੇ ਆ ਉਹ ਮਿਨਿਸਟਰ ਹਰਿਆਣਾ ਵਾਲੇ ਉਹ ਕੀ ਕਹਿ ਰਹੇ ਆ ਕਿ ਇਹਨਾਂ ਚੋਂ ਕੁਝ ਜਥੇਬੰਦੀਆਂ ਇਹੋ ਜਿਹੀਆਂ ਸੀਗੀਆਂ ਜਿਹੜੀਆਂ ਕਿ ਪਿਛਲੀ ਵਾਰੀ ਲਾਲ ਕਿਲੇ ਤੇ ਜਾ ਕੇ ਬੇਹਰਮਤੀ ਕੀਤੀ ਤੇ ਜੇ ਇਹਨਾਂ ਨੂੰ ਅਸੀਂ ਅਲਾਉ ਕਰਦੇ ਹਾਂ ਤੇ ਐਤਕੀ ਫੇਰ ਇਹ ਉਹ ਕੁਝ ਕੰਮ ਜਾ ਰਹੇ ਆ ਜਦ ਸਰਕਾਰ ਇੱਥੇ ਖੁਦ ਚੰਡੀਗੜ੍ਹ ਕੇਂਦਰ ਦੀ ਸਰਕਾਰ ਆ ਰਹੀ ਹੈ ਤੇ ਇਹ ਦਿੱਲੀ ਚ ਕੀ ਕਰਨਾ ਜਾਣਾ ਚਾਹੁੰਦੇ ਉਣੀ ਦਾ ਸਵਾਲ ਇਹ ਹੈ ਕਿ ਦਿੱਲੀ ਚ ਅਸੀਂ ਕਿਉਂ ਨਹੀਂ ਜਾ ਸਕਦੇ ਅਸੀਂ ਉਹਨਾਂ ਨੂੰ ਤਕਲੀਫ ਨਹੀਂ ਦੇਣਾ ਚਾਹੁੰਦੇ ਕਿ ਉਹ बार-बार ਇੱਥੇ ਆਉਣ ਅਸੀਂ ਖੁਦ ਤਕਲੀਫ ਕਰਕੇ ਹਿੰਮਤ ਕਰਕੇ ਨਾਲੇ ਤੇ ਦਿੱਲੀ ਦੇ ਦਰਸ਼ਨ ਕਰਨਾ ਚਾਹੁੰਦੇ ਆ ਨਾਲੇ ਸੱਤਾ ਦਾ ਜਿਹੜਾ ਵੱਡਾ ਕਿਲਾ ਉੱਥੇ ਬਣਾ ਕੇ ਬੈਠੇ ਆ ਅਸੀਂ ਉਸ ਦੇ ਨੇੜੇ ਪਹੁੰਚ ਕੇ ਆਪਣੀ ਆਵਾਜ਼ ਪਹੁੰਚਾਉਣਾ ਚਾਹੁੰਦੇ ਆ ਇਹ ਉੱਥੋਂ ਜਿਹੜੇ ਬੰਦੇ ਆਉਂਦੇ ਆ ਇਹਨਾਂ ਦੇ ਕੋਲ ਹੱਕ ਹਕੂਕ ਅਧਿਕਾਰ ਤੇ ਕੋਈ ਹੈ ਨਹੀਂ ਤੇ ਜਦ ਤੱਕ ਅਸੀਂ ਆਪਣਾ ਦਬਾਅ ਕਿਲੇ ਤੇ ਨਹੀਂ ਜਾ ਕੇ ਬਣਾਉਂਦੇ ਸੱਤਾ ਦੇ ਕਿਲੇ ਤੇ ਨਹੀਂ ਬਣਾਉਂਦੇ ਉਦੋਂ ਤੱਕ ਸਾਡੀ ਕਿਸੇ ਨੇ ਸੁਣਨੀ ਨਹੀਂ ਇਸ ਕਰਕੇ ਇਸ ਹੱਕ ਦੇ ਵਿੱਚ ਜੇ ਕੋਈ ਬਿਆਨ ਆ ਜਾਂਦਾ ਸਾਡੀ ਫੈਸਲਾ ਆ ਜਾਂਦਾ ਕੋਰਟ ਦੇ ਕਮੈਂਟ ਆ ਉਹ ਇਹਨਾਂ ਨੂੰ ਸਹਾਰਾ ਹੀ ਮਿਲੂਗਾ ਬਿਲਕੁਲ ਸਿਆਸੀ ਪਾਰਟੀਆਂ ਨਾਲ ਉਹਨਾਂ ਨੇ ਆਪਣਾ ਜ਼ੋਰ ਲਾ ਰਹੀਆਂ ਰਾਜਾ ਬੜਿੰਗ ਹੋਣੀ ਇੱਕ ਵਾਰ ਜਾ ਕੇ ਮਿਲੇ ਮੁਖ ਸਖਤਰ ਨੂੰ ਪੰਜਾਬ ਦੇ ਨੂੰ ਕਿ ਜੀ ਅਨਿਲ 'ਤੇ ਜ਼ੋਰਾਂ ਤੇ ਪਰਚਾ ਹੋਣਾ ਚਾਹੀਦਾ ਇਸ ਤਰੀਕੇ ਨਾਲ ਜੋ ਬਿਆਨਬਾਜ਼ੀ ਕਰ ਰਹੇ ਨੇ ਆਵਾਜ਼ੀ ਪਾਰਟੀ ਨੇ ਕਿਹਾ ਕਿ ਅਸੀਂ ਰੈਲੀਆਂ ਰੱਦ ਕਰਦੇ ਹਾਂ ਕਿਸਾਨਾਂ ਦੇ ਸਮਰਥਨ ਦੇ ਵਿੱਚ ਇਹ ਸਾਰਾ ਕੁਝ ਨਾਲ ਨਾਲ ਚੱਲ ਰਿਹਾ ਸੁਪਰੀਮ ਕੋਰਟ ਵਾਲੀ ਗੱਲ ਬੇਹਦ ਹੈ ਪ੍ਰੋਫੈਸਰ ਸਾਹਿਬ ਇਹ ਆਪਾਂ ਅਕੀ ਅੰਦਰ ਦੇ ਵਿੱਚ ਲੈ ਰਹੇ ਆ ਕਿ ਜੋ ਇਲੈਕਸ਼ਨ ਬੋਰਡ ਦੇ ਉੱਤੇ ਉਹਨਾਂ ਨੇ ਕਿਹਾ ਉਹ ਤਾਂ ਕੱਚੇ ਚਿੱਠੇ ਕੀ ਖੁੱਲਣਗੇ ਜਾਂ ਨਹੀਂ ਖੁੱਲਣਗੇ ਕੋਈ ਦੱਸਣਗੇ ਹਸਾਬ ਕਿ ਤਾ ਪਰ ਸਿਆਸੀ ਪਾਰਟੀਆਂ ਵਾਲੇ ਜਾਂ ਇਹਨੂੰ ਵੀ ਕੋਈ ਗੋਲ ਮੋਲ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਉਮੀਦ ਕੀਤੀ ਜਾਏ ਸੁਪਰੀਮ ਕੋਰਟ ਤੋਂ ਕਿ ਅਗਲੇ ਦਿਨਾਂ ਦੇ ਵਿੱਚ ਕੋਈ ਚੰਗਾ ਫੈਸਲਾ ਇਹਦੇ ਤੇ ਆ ਸਕਦਾ ਜਾਂ ਸਿਆਸੀ ਪਾਰਟੀਆਂ ਦੇ ਉੱਤੇ ਇਲੈਕਸ਼ਨ 2024 ਦੇ ਉੱਤੇ ਦਾ ਕੀ ਅਸਰ ਪੈਂਦਾ ਸਾਰਾ ਬਹੁਤ ਵੱਡਾ ਤਮਾਕਾ ਸਾਨ ਇਹ ਮੇਰਾ ਕਿ 2 ਨਵੰਬਰ ਦਾ ਫੈਸਲਾ ਅਜੇ ਇਹਨਾਂ ਨੇ ਅਨਾਉਂਸ ਨਹੀਂ ਸੀ ਕੀਤਾ ਉਦੋਂ ਇਹ ਹੀアリング ਵਗੈਰਾ ਤੇ ਹੋ ਗਈ ਸੀ ਤੇ ਉਹਨਾਂ ਨੇ ਕਿਹਾ ਸੀ ਅਜੇ ਅਸੀਂ ਰਾਖਮਾ ਰੱਖਿਆ ਐਨ ਮੌਕੇ ਤੇ ਆ ਕੇ ਜਿਵੇਂ ਇਧਰੋਂ ਕਿਸਾਨ ਮੌਕੇ ਤੇ ਆ ਕੇ ਹਵਾ ਕੱਢਣ ਲੱਗੇ ਹੋਏ ਆ ਤੇ ਜੋ ਝੂਠੇ ਵਾਅਦੇ ਕੀਤੇ ਉਹਦਾ ਐਕਸਪੋਜ਼ ਕਰਨ ਲੱਗੇ ਹੋਏ ਆ ਆਪਣੀਆਂ ਕੁਰਬਾਨੀਆਂ ਦੇ ਕੇ ਉਸੇ ਤਰੀਕੇ ਨਾਲ ਸੀਜੀਆਈ ਜਿਹੜੇ ਚੰਦਰ ਚੂੜਾ ਟੀਵੀ ਚੰਦਰ ਚੂੜਾ ਉਹਨਾਂ ਦੇ ਪੰਜ ਜੱਜਾਂ ਦੇ ਬੈਂਚ ਨੇ ਖਾਲੇ ਇਤਿਹਾਸਿਕ ਫੈਸਲਾ ਦਿੱਤਾ ਇਤਿਹਾਸਿਕ ਵੈਸੇ ਤੇ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਪਰ ਉਂਝ ਦੇਖਿਆ ਜਾਏ ਤੇ ਐਸ ਮੌਕੇ ਦੇ ਉੱਤੇ ਜਦੋਂ ਸੱਤਾ ਦਾ ਇੰਨਾ ਜ਼ਿਆਦਾ ਵੱਡੇ ਪੱਧਰ ਤੇ ಏਕੀਕਰਨ ਤੇ ਕੇਂਦਰੀਕਰਨ ਕੀਤਾ ਜਾ ਰਿਹਾ ਔਰ ਰਾਜਨੀਤਿਕ ਇੱਕ ਰਾਜਨੀਤਿਕ ਪਾਰਟੀ ਆਪਣੇ ਹੱਥ 'ਚ ਸਾਰਾ ਕੁਝ ਲਗਾਤਾਰ ਜਮਾਈ ਜਾ ਰਹੀ ਸੀ ਤੇ ਉਹਨਾਂ ਨੇ ਠਾਹ ਕਰਕੇ ਵੱਡਾ ਬੰਬ ਉਥੇ ਮਾਰਿਆ ਵੀ ਇਹ ਨਹੀਂ ਜੇ ਹੋਣ ਦੇਣਾ ਹੁਣ ਜੈਤਲੀ ਸਾਹਿਬ ਦਾ ਇਹ ਬ੍ਰੀਨ ਚਾਈਲਡ ਸੀਗਾ ਕਿ ਇਸ ਕੇ ਸਮਦਾ ਜਿਹੜੇ ਕੁਛ ਇਲੈਕਟੋਰੋਲ ਬਾਉਂਡ ਦੇ ਰੂਪ ਦੇ ਵਿੱਚ ਫੰਡ ਇਕੱਠੇ ਕੀਤੇ ਜਾਂਣ ਜਿਹੜਾ ਕਾਲਾ ਧਨ ਜਾਂ ਉਂਜੀ ਤੁਸੀਂ ਕਹਿ ਲੋ ਕਿ ਨੋਟਾਂ ਦੇ ਵਿੱਚ ਟਰੱਕਾਂ ਚ ਪੈਸੇ ਇਧਰ ਉਧਰ ਜਾਂਦੇ ਉਹ ਫੜੇ ਜਾਂਦੇ ਆ ਕਿ ਤੁਸੀਂ ਇਹੋ ਜਿਹਾ ਤਰੀਕਾ ਕਰ ਕਿ ਪੈਸੇ ਖੁੱਲ ਕੇ ਮਿਲ ਵੀ ਜਾਣ ਤੇ ਚੁੱਪਚੀ ਪੀਤੇ ਬੁੱਕਲ ਚੀ ਲੱਡੂ ਭੰਨ ਲਿਆ ਜਾਏ ਪਤਾ ਨਾ ਬਾਹਰ ਲੱਗੇ ਤੇ ਆਪੋ ਆਪਣੀ ਤੇ ਨਾਲ ਹੀ ਉਹ ਲੀਗਲ ਵੀ ਹੋਵੇ ਉਹ ਵਾਈਟ ਵੀ ਹੋਵੇ ਹੁੰਦਾ ਕੀ ਹੈ ਹੁਣ ਇਹ ਇਲੈਕਟੋਰਲ ਬਾਉਂਡ ਦੇ ਵਿੱਚ ਪਹਿਲਾਂ 7.5% ਤੋਂ ਵੱਧ ਪੈਸਾ ਕੋਈ ਵੀ ਨੈਟ ਪ੍ਰੋਫਿਟ ਦਾ ਦੇ ਨਹੀਂ ਸਕਦਾ ਹੁਣ ਇਹ ਖੋਲ ਦਿੱਤਾ ਤੇ ਤੁਸੀਂ ਸਾਰੇ ਦਾ ਸਾਰਾ ਪੈਸਾ ਵੀ ਇੱਕ ਸਾਲ ਲਈ ਜਿਹੜਾ ਕੋਈ ਵੀ ਕਾਰਪੋਰੇਟ ਘਰਾਣਾ ਲਟਾ ਸਕਦਾ 50% ਵੀ ਦੇ ਸਕਦਾ ਦੂਜਾ ਉਹ ਲੱਗ ਲੱਗ ਉਹਨਾਂ ਦੇ ਡਿਨੋਮੀਨੇਸ਼ਨ ਦੇ ਬੌਂਡ ਜਿਵੇਂ ਰੁਪਈਏ ਹੁੰਦੇ ਆ ਕੋਈ 10 ਰੁਪਈਏ 50 ਰੁਪਈਏ 100 ਰੁਪਈਏ 500 ਰੁਪਈਏ ਇਸ ਤਰ੍ਹਾਂ ਦਾ ਡਿਨੋਮੀਨੇਸ਼ਨ ਅਲੱਗ ਅਲੱਗ ਡਿਨੋਮੀਨੇਸ਼ਨ ਦੇ ਬੌਂਡ ਆ ਤੇ ਜਿੰਨਾ ਚੋ 95% ਜਿਹੜਾ ਪੈਸਾ ਇਕੱਠਾ ਹੁੰਦਾ ਪੋਲਿਟੀਕਲ ਪਾਰਟੀਆਂ ਨੂੰ ਉਹ ਹੈਗੇ ਆ 1 ਕਰੋੜ ਦੇ ਬੌਂਡ ਤੁਸੀਂ ਹਿਸਾਬ ਲਾ ਲਓ ਕਿ ਉਹ ਕਰੋੜਪਤੀ ਆ ਜਿਹੜੇ ਪੈਸਾ ਦੇ ਰਹੇ ਆ ਹੈਨ ਉਹ ਕਿਵੇਂ ਦੇ ਦੇ ਸਿੱਧਾ ਸਿੱਧਾ ਕੰਪਨੀਆਂ ਦੇ ਰਹੀਆਂ ਕਿ ਉਹ ਵੀ ਸ਼ੈੱਲ ਕੰਪਨੀਆਂ ਦੇ ਰਾਹੀਂ ਟਰਾਂਸਫਰ ਕਰਕੇ ਤੇ ਇੰਜ ਦਿੱਤੇ ਜਾ ਰਹੇ ਸਟੇਟ ਬੈਂਕ ਆਫ ਇੰਡੀਆ ਦੇ ਰਾਹੀਂ ਹੀ ਇਹ ਸਾਰਾ ਸੌਦਾ ਪੱਥਾ ਹੋ ਸਕਦਾ ਸਟੇਟ ਬੈਂਕ ਆਫ ਚੰਗੀ ਗੱਲ ਆ ਸਟੇਟ ਬੈਂਕ ਆਫ ਇੰਡੀਆ ਨੂੰ ਇਹ ਹਦਾਇਤਾਂ ਸੁਪਰੀਮ ਕੋਰਟ ਨੇ ਕੀਤੀਆਂ ਵੀ ਸਾਨੂੰ ਤੇ ਇਹ ਦੱਸੋ ਵੀ ਇਹ ਕਿਹਨੇ ਕਿਹਨੇ ਕਿੰਨਾ ਕਿੰਨਾ ਫਾਂਡੇ ਦਿੱਤਾ ਇਹ ਪਬਲਿਕ ਚ ਹੋਣਾ ਚਾਹੀਦਾ ਲੋਕਾਂ ਦਾ ਅਧਿਕਾਰ ਆ ਰਾਈਟ ਟੂ ਇਨਫੋਰਮੇਸ਼ਨ ਜਿਹੜਾ ਸੂਚਨਾ ਦਾ ਹੱਕ ਆ ਇੱਕ ਐਕਟ ਬਣਿਆ ਹੋਇਆ ਆ ਆਰਟੀਆਈ ਜਿਹਨੂੰ ਕਹਿੰਦੇ ਉਹਦੇ ਤਹਿਤ ਉਹਦਾ 19 1 19 ਸਬਕਲਾਜ਼ 1 ਈ ਦੇ ਮੁਤਾਬਕ ਇਹ ਲੋਕਾਂ ਦਾ ਅਧਿਕਾਰ ਹੈਗਾ ਤੇ ਉਸ ਨੂੰ ਉਹਨਾਂ ਤੋਂ ਵਾਂਝਿਆ ਨਹੀਂ ਕੀਤਾ ਜਾ ਸਕਦਾ ਦੂਸਰਾ ਇਹ ਤੇ ਡੈਮੋਕ੍ਰੇਸੀ ਨੂੰ ਮਜ਼ਬੂਤ ਕਰਨ ਵਾਲਾ ਅਧਿਕਾਰ ਆ ਇੱਕ ਪਾਰਟੀ ਨੂੰ ਕਾਰਪੋਰੇਟ ਘਰ ਭਰੀ ਜਾਏ ਦੂਜਿਆਂ ਨੂੰ ਭੁੱਖਿਆ ਮਾਰਦੇ ਤੇ ਲੈਵਲ प्लेइंग ਫੀਲਡ ਨਹੀਂ ਹੋਊਗੀ ਜਿਵੇਂ ਕਿ ਅੱਜ ਦੀ ਡੇਟ ਦੇ ਵਿੱਚ ਤੁਸੀਂ ਦੇਖਦੇ ਆ ਕਿ ਜਾਂ ਤੇ ਤੁਹਾਨੂੰ ਪਾਰਟੀ ਦੀ ਟਿਕਟ ਲੈਣੀ ਪੈਂਦੀ ਹੈ ਤੇ ਪਾਰਟੀ ਕਿਤੇੋਂ ਪੈਸਿਆਂ ਦਾ ਅਰੇਂਜ ਕਰਦੀ ਹੈ ਤੇ ਤਾਂ ਤੁਸੀਂ ਚੋਣ ਲੜ ਸਕਦੇ ਹਮਾ ਤੁਮਾ ਜਿੰਨੇ ਮਰਜੀ ਸਿਆਣੇ ਉਹ ਚੋਣ ਨਹੀਂ ਲੜ ਸਕਦੇ ਲੋਕ ਕਹਿੰਣ ਕਿ ਤੁਹਾਡੇ ਵਰਗੇ ਬੰਦਿਆਂ ਨੂੰ ਆਉਣਾ ਚਾਹੀਦਾ ਫਿਰ ਕਿਵੇਂ ਆ ਜਾਣਗੇ ਉਥੇ ਖਰਚਾ ਕਹਿੰਦੇ ਕਰਨਾ ਗੱਡੀਆਂ ਦਾ ਧੂਆਂ ਕੱਢਿਆ ਹੁੰਦਾ 10 ਕਰੋੜ 20 ਕਰੋੜ ਕਰੋੜ ਨੂੰ ਤੇ ਅੱਜ ਸਮਝਦੇ ਆ ਜਿਵੇਂ 1000 ਰੁਪਿਆ ਹੋਵੇ ਉਹ ਜਿਹੜਾ ਖਰਚਾ ਉਹ ਹੈ ਇਸ ਤਰੀਕੇ ਨਾਲ ਇਕੱਠਾ ਕੀਤਾ ਜਾਂਦਾ ਇਹ ਲੈਵਲ ਪਲੇਇੰਗ ਫੀਲਡ ਨਹੀਂ ਨਾ ਹੈ ਫਿਰ ਚੰਗੇ ਬੰਦੇ ਤੇ ਬਾਹਰ ਛੂਟੀਆਂ ਪਾਰਟੀਆਂ ਵੀ ਬਾਅਦ 600 ਕੇ 700 ਪਾਰਟੀ ਲੜਦੀ ਇਹ ਚੋਣਾ ਤੇ ਉਹ ਉਹਨਾਂ ਨੂੰ ਕੌਣ ਪੁੱਛਦਾ ਹੈ ਬਸ ਅੰਮੇ ਵਿੱਚੇ ਥੋੜੇ ਬਹੁਤ ਸਮਝੌਤੇ ਕਰ ਕਰਾ ਕੇ ਆਪਣਾ ਤੋਰੀ ਫੁਲਕਾ ਚਲਾਉਣ ਵਾਲੀਆਂ ਪਾਰਟੀਆਂ ਜ਼ਿਆਦਾ ਬਣ ਕੇ ਰਹਿ ਜਾਂਦੀਆਂ ਉਸ ਸਹੀ ਮਾਨਿਆਂ ਚ ਉੱਪਰ ਵਾਲੀਆਂ ਜਿਹੜੀਆਂ 4-5 ਪਾਰਟੀਆਂ ਉਹ ਸਾਰੀ ਗੇਮ ਕਮਾ ਕੇ ਦੇਸ਼ ਦੇ ਵਿੱਚ ਸੱਤਾ 'ਚ ਰਹਿੰਦੀਆਂ ਤੇ ਉਹਨਾਂ ਨੂੰ ਹੀ ਇਹ ਫੰਡ ਜ਼ਿਆਦਾ ਆ ਰਹੇ ਹੈ। ਫੰਡਾਂ ਦਾ ਏਡੀਆਰ ਨੇ ਜਿਹੜੀ ਕਿ ਪ੍ਰਸ਼ਾਂਤ ਪੂਛਨ ਉਹਨਾਂ ਦੀ ਬੜੀ ਐ ਭੂਮਿਕਾ ਹੈ ਇਸ ਫੈਸਲੇ ਦੇ ਵਿੱਚ ਉਹ ਕੱਲ ਮੀਡੀਆ ਦੇ ਸਾਹਮਣੇ ਆ ਕੇ ਦੱਸਿਆ ਵੀ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਾਈਟਸ ਉਹਨਾਂ ਦਾ ਪਲੇਟਫਾਰਮ ਹੈ ਉਹਨਾਂ ਨੇ ਵੀ ਉਹ ਇਸ ਗੱਲ ਦੇ ਉੱਤੇ ਕੁਝ ਅੰਕੜੇ ਵੀ ਜਾਰੀ ਕੀਤੇ ਆ ਦੇਖਣ ਨੂੰ ਇਹ ਮਿਲ ਰਿਹਾ ਕਿ ਇਲੈਕਸ਼ਨ ਇਅਰ ਦੇ ਵਿੱਚ ਕਿਉਂਕਿ 15 ਦਿਨਾਂ ਦੇ ਅੰਦਰ ਅੰਦਰ ਉਹ ਬੌਂਡ ਜਿਹੜੇ ਆ ਇਨਕੈਸਟ ਕਰਨੇ ਹੁੰਦੇ ਆ ਜਿਹੜੀ ਵੀ ਪਾਰਟੀ ਨੂੰ ਜਾਂਦੇ ਆ ਤੇ ਉਹਨਾਂ ਸਾਲਾਂ 'ਚ ਵੱਡਾ ਮੋਟਾ ਪੈਸਾ ਭਾਜਪੀ ਨੂੰ ਜਾ ਰਿਹਾ ਉਨਾ ਉਸ ਗੱਲ ਦਾ ਜਦੋਂ ਸਾਰੇ ਨਿਖੇੜੇ ਹੋਣਗੇ ਇੱਕ ਮਹੀਨੇ ਦੇ ਅੰਦਰ ਅੰਦਰ ਜਾਨੀ ਤਿੰਨ ਹਫ਼ਤਿਆਂ ਦੇ ਅੰਦਰ ਸਾਡਾ SBI ਨੇ ਅੰਕੜਾ ਇਲੈਕਸ਼ਨ ਕਮਿਸ਼ਨ ਨੂੰ ਪਾਉਣਾ ਦੇਣਾ ਤੇ ਇਲੈਕਸ਼ਨ ਕਮਿਸ਼ਨ ਨੇ ਉਹ ਸਾਰੇ ਅੰਕੜੇ ਵਿਦਨੇ ਦੀਖ ਜਾਨੀ ਅੱਜ ਤੋਂ ਇੱਕ ਮਹੀਨੇ ਦੇ ਅੰਦਰ ਅੰਦਰ ਸ਼ਾਇਦ 13 14 ਤਰੀਕ ਤੱਕ ਉਹ ਸਾਰੇ ਅਗਲੇ ਮਹੀਨੇ ਦੇ ਵੈਬਸਾਈਟ ਤੇ ਪਾਉਣੇ ਆ ਤਾਂ ਕਿ ਹਰ ਕੋਈ ਦੇਖ ਲੈ ਕੇ ਕਿਹੜੇ ਕਿਹਨੇ ਕਿੰਨਾ ਕਿੰਨਾ ਮਾਲ ਛਕਿਆ ਤੇ ਕਿਹੜਾ ਕਿਹੜਾ ਮੋਟਾ ਹੋ ਗਿਆ ਜ਼ਿਆਦਾ ਤੇ ਕਿਹੜਾ ਕਿਹੜਾ ਵਿਚਾਰਾ ਬਿਲਕੁਲੀ ਭੁੱਖਾ ਮਰ ਗਿਆ ਤੇ ਉਸ ਦੀ ਆਵਾਜ਼ ਜਿਹੜੀ ਆ ਰਾਜਨੀਤਿਕ ਮੈਦਾਨ ਦੇ ਵਿੱਚ ਜਿਹੜੇ ਪਹਿਲਵਾਨ ਨੂੰ ਕੋਈ ਮਿਲਿਆ ਹੀ ਨਹੀਂ ਖਾਣ ਨੂੰ ਉਹਨੇ ਲੜਨਾ ਕੀ ਹੈ ਇਹ ਫਿਰ ਸਾਰਾ ਨਵੇੜਾ ਇਲੈਕਸ਼ਨ ਤੁਸੀਂ ਵੀ ਵੈਬਸਾਈਟ ਤੇ ਜਰਾ ਨਿਗਾ ਰੱਖਿਓ ਜਦੋਂ ਪਿਆ ਵੀ ਆਪਾਂ ਵੀ ਦੇਖਾਂਗੇ ਬਸ ਬਹੁਤ ਸਾਰੇ ਅੰਕੜੇ EDR ਨੇ ਦੱਸੇ ਵੀ ਆ ਉਹ ਆਪਣੇ ਪੱਧਰ ਦੇ ਉੱਤੇ ਜਿਹੜੇ ਵੀ ਅੰਕੜੇ ਉਹਨਾਂ ਨੇ ਇਕੱਠੇ ਕੀਤੇ ਕਿ ਫੰਡ ਦੀ ਵੱਡੀ ਜਿਹੜੀ ਆ 6 7 8 8 ਗੁਣਾ ਕਾਂਗਰਸ ਨਾਲੋਂ ਬੀਜੇਪੀ ਨੂੰ ਪੈਸਾ ਜਾ ਰਿਹਾ ਤੇ ਜਦੋਂ ਫਿਰ ਲੜਾਈ ਈਵਨ ਨਹੀਂ ਹੈ ਬਰਾਬਰ ਦੀ ਲੜਾਈ ਨਹੀਂ ਹੈ ਇੱਕੋ ਪਾਸੇ ਨੂੰ ਤੁਰੀ ਜਾ ਰਹੀ ਹੈ ਤੇ ਉਹ ਉਹਨਾਂ ਦਾ ਅਬਜੈਕਸ਼ਨ ਕੀ ਹੈ ਮੁੱਖ ਅਬਜੈਕਸ਼ਨ ਇਹ ਵੀ ਇਹਦੇ ਇੰਜ ਇੰਜ ਹੋ ਗਿਆ ਕਿ ਇੱਕ ਪਾਰਟੀ ਨੇ ਕਾਰਪੋਰੇਟ ਨਾਲ ਸਾਝ ਪਿਆਲੀ ਪਾਲੀ ਕਿ ਤੁਸੀਂ ਚੁੱਪ ਕਰਕੇ ਤੁਹਾਡਾ ਪਤਾ ਵੀ ਨਹੀਂ ਲੱਗੂਗਾ ਤੁਹਾਨੂੰ ਟੈਕਸ ਤੋਂ ਰਾਹਤ ਵੀ ਮਿਲ ਜੂਗੀ ਜਿਹੜਾ ਟੈਕਸ ਲੱਗਣਾ ਕਿਉਂਕਿ ਇਹ ਸਾਰੇ ਟੈਕਸ ਫ੍ਰੀ ਹੈਗੇ ਤੇ ਤੁਸੀਂ ਮੋਟਾ ਪੈਸਾ 1 ਸਾਲ ਦੇ ਦੋ ਬਾਕੀ 5 ਸਾਲ ਅਸੀਂ ਮਦਦ ਕਰਾਂਗੇ 1 ਸਾਲ ਤੁਸੀਂ ਸਾਡੀ ਕਰੋ ਤੇ ਇਹ ਤੇ ਫਿਰ ਕਦੀ ਪੇਚ ਨਿਕਲ ਹੀ ਨਹੀਂ ਸਕਦਾ ਇਹ ਤੇ ਡੈਮੋਕ੍ਰੇਸੀ ਲਈ ਕੈਂਸਰ ਹੋ ਗਿਆ ਇਹ ਤੇ ਇਹ ਬਿਲਕੁਲ ਖਤਮ ਕਰ ਦੂ ਕੋਣ ਵਾਂਗੂ ਖਾ ਗਏ ਜਾਂ ਕੁਝ ਹੋਰ ਖਾਜੋ ਇਸ ਗੱਲ ਦੀ ਚਿੰਤਾ ਚੋਂ ਕਿ ਹੋ ਸਕਦਾ ਕੱਲ ਨੂੰ ਕੋਰਟਾਂ ਦਾ ਵੀ ਭੋਗ ਪੈ ਜਾਵੇ ਮੈਨੂੰ ਲੱਗਦਾ ਇਹ ਕੋਰਟਾਂ ਨੇ ਠੀਕ ਹੀ ਕੀਤਾ ਸੁਪਰੀਮ ਕੋਰਟ ਨੇ ਵੀ ਮੈਂ ਤੇ ਚਲੋ ਸੀਜੀਆਈ ਬਣ ਕੇ ਟਾਈਮ ਕੱਟ ਜੂ ਪਰ ਅਗਲਿਆਂ ਦਾ ਇੱਥੇ ਰਹਿਣਾ ਹੀ ਕੁਛ ਨਹੀਂ ਕਿਉਂਕਿ ਫਿਰ ਜੇ ਸੱਤਾ ਹੀ ਇੰਨੀ ਆ ਗਈ ਉਹਨਾਂ ਕਹਿੰਦੇ ਪਰਾਂ ਹੋਏ ਜੱਜ ਨਵੇਂ ਲਾਓ ਕੀ ਕਰਦੇ ਫਿਰਦੇ ਐਵੇਂ ਗਲਤ ਫੈਸਲੇ ਦਿੰਦੇ ਆ ਹੈਨਾ ਇਹਨਾਂ ਨੂੰ ਤਾਂ ਪਤਾ ਹੀ ਕੁਝ ਨਹੀਂ ਉਸ ਪਾਸੇ ਨੂੰ ਗੱਲਾਂ ਜਾ ਰਹੀਆਂ ਇਲੈਕਸ਼ਨ ਕਮਿਸ਼ਨ ਦਾ ਪਹਿਲਾਂ ਹੀ ਦੇਖੋ ਕੀ ਹਾਲ ਕਰਤਾ ਉਹਨਾਂ ਦੇ ਸੀਜੀਆਈ ਨੂੰ ਬਾਹਰ ਕਰ ਦਿੱਤਾ ਤੇ ਵਿਰੋਧੀ ਪਾਰਟੀ ਦਾ ਨੇਤਾ ਤੇ ਦੋ ਸਰਕਾਰੀ ਤੇ ਫਿਰ ਮੈਜੋਰਿਟੀ ਦੇ ਸਰਕਾਰੀ ਜੋ ਪ੍ਰਧਾਨ ਮੰਤਰੀ ਕਹੂਗੇ ਉਹੀ ਇਲੈਕਸ਼ਨ ਕਮਿਸ਼ਨ ਚ ਜਾਣਗੇ ਤੇ ਉਹ ਕੀ ਉਹਨਾਂ ਦੀ ਗੱਲ ਨਹੀਂ ਮੰਨਣਗੇ ਜਿਹੜੇ ਆਪਣੇ ਬੰਦੇ ਲਾਏ ਹੋਣ ਇਸ ਜਾਂ ਸਾਰੇ ਪਾਸੇ ਜਦੋਂ ਸਾਰੇ ਦੇਸ਼ ਦੇ ਅੰਦਰ ਸੱਚੀ ਮੱਚੀ ਤੱਪੜ ਰੋਲੇ ਜਾ ਰਹੇ ਸੀ ਲਗਾਤਾਰ ਹਨੇਰੀ ਆਈ ਹੋਈ ਸੀ ਡੈਮੋਕ੍ਰੇਸੀ ਦੇ ਵਿਰੁੱਧ ਕਾਨੂੰਨ ਦੇ ਰਾਜ ਦੇ ਵਿਰੁੱਧ ਤੇ ਉਹਦੇ ਵਿੱਚ ਇੱਕ ਵੱਡਾ ਠਮਾਕਾ ਸੁਪਰੀਮ ਕੋਰਟ ਨੇ ਕੀਤਾ ਉਹ ਦੇਖਦੇ ਦਾ ਅਸਰ ਕੀ ਸਭ ਤੋਂ ਆਖਰੀ ਸਵਾਲ ਹੈ ਕਿ ਇਹਦੇ ਵਿੱਚ ਕਾਂਗਰਸ ਦੀ ਭੂਮਿਕਾ ਨੂੰ ਕਿਵੇਂ ਵੇਖੀਏ ਕਿਉਂਕਿ ਉਹਨਾਂ ਨੇ ਵੀ ਲੰਬਾ ਸਮਾਂ ਰਾਜ ਕੀਤਾ ਮੁਲਕ ਦੀ ਸੱਤਾ ਦੇ ਉੱਤੇ ਉਹਨਾਂ ਤੋਂ ਵੀ ਕੱਲ ਨੂੰ ਹਿਸਾਬ ਮੰਗਿਆ ਜਾਏਗਾ ਈਵੀਐਮ ਦੇ ਉੱਤੇ ਚੁੱਪ ਰਹਿਣਾ ਜਾਂ ਉਸ ਤਰੀਕੇ ਦੇ ਨਾਲ ਨਾ ਬੋਲਣਾ ਉਸ ਤਰੀਕੇ ਨਾਲ ਸਟੈਂਡ ਨਾ ਲੈਣਾ ਜਿਉਂਨੇ ਲੈ ਕੇ ਬੋন্ড ਦੀ ਗੱਲ ਆਉਂਦੀ ਹੈ ਤਾਂ ਉਹਦੇ ਉੱਤੇ ਵੀ ਸਵਾਲ ਉੱਠਣਗੇ ਕਿ ਤੁਹਾਨੂੰ ਕਿੰਨਾ ਫੰਡ ਆਉਂਦਾ ਰਿਹਾ ਕੀ ਪਤਾ ਲੱਗਦਾ ਇਹ ਵੀ ਹੋ ਸਕਦਾ ਹੈ ਕਿ ਇਸ ਮਾਮਲੇ ਦੇ ਵਿੱਚ ਕਾਂਗਰਸ ਵੀ ਬੁਰੇ ਤਰੀਕੇ ਕਿਉਂਕਿ ਪਿੱਛੇ ਜੋ ਵਾਈਟ ਪੇਪਰ ਜਾਰੀ ਹੋਇਆ ਬੜਿਆ ਉਹਦੇ ਵਿੱਚ ਖਲਾਸੇ ਕੀਤੇ ਹੋਵੇ ਵੀ ਇਹਹੀ ਗੱਲ ਆਏਗੀ ਕਿ ਕੀ ਕਾਂਗਰਸ ਵਾਕਈ ਇਹਦੇ ਹੱਕ ਦੇ ਵਿੱਚ ਹੈ ਇਹਦੇ ਪੱਖ ਦੇ ਵਿੱਚ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਜਿਹੜੀ ਰੂਲਿੰਗ ਹੁੰਦੀ ਹੈ ਉਹਨਾਂ ਨੂੰ ਫੰਡ ਕਾਫੀ ਜਾਂਦਾ ਪਰ ਬੀਜੇਪੀ ਤੁਹਾਨੂੰ ਕਿਸੇ ਵੇਲੇ ਇਹਨੂੰ ਟਰੇਡਰਸ ਦੀ ਪਾਂਟ ਪਾਰਟੀ ਮੰਨਿਆ ਜਾਂਦਾ ਅਸੀਂ ਕਾਰੋਬਾਰੀਆਂ ਦੀ ਪਾਰਟੀ ਮੰਨਿਆ ਜਾਂਦਾ ਸੀ ਇਹਨਾਂ ਦਾ ਜਿਹੜਾ ਸੋਸ਼ਲ ਆਧਾਰ ਹੈ ਉਹ ਉਨਾਂ 'ਚ ਹੈਗਾ ਹੁਣ ਦੇਖੋ ਇਹ ਗੁਜਰਾਤ ਤੋਂ ਉੱਠੀ ਲੀਡਰਸ਼ਿਪ ਹੈ ਸਾਰੀ ਤੇ ਗੁਜਰਾਤ ਦੇ ਵਿੱਚ ਆਪਾਂ ਜਾਣਦੇ ਹੀ ਆ ਕਿ ਕਿਸ ਕਿਸਮ ਦੇ ਸਾਰੇ ਬਹੁਤੇ बिजनेसमੈਨ ਬਹੁਤੇ ਉਹ ਹੀ ਅਡਾਨੀ ਯਾਬਾਨੀ ਕਿੱਥੋਂ ਦੇ ਆ ਗੁਜਰਾਤੀ ਹੈਗੇ ਉਹਨਾਂ ਦਾ ਸੋਰਸ ਤੇ ਉਹ ਹੀ ਆ ਨਾ ਸਾਰਾ ਨੈਕਸਸ ਤੇ ਸਾਰਾ ਉਹ ਹੀ ਚੱਲ ਰਿਹਾ ਇਸ ਲਈ ਇਹ ਜਿਹੜਾ ਨੈਕਸਸ ਇੱਕ ਪਾਸੇ ਨੂੰ ਭਾਰੀ ਹੋ ਗਿਆ ਇਹ ਉਹਦੇ 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 ਮੱਦੇ ਨਜ਼ਰਿਆ ਜਿਹੜਾ ਤੁਹਾਡਾ ਸਵਾਲ ਹੈ ਕਿ ਕਾਂਗਰਸ ਵੀ ਪ੍ਰਾਣਾ ਡਵੇ ਕਾਂਗਰਸ ਵੀ ਕਰਦੀ ਹੋਊਗੀ ਪਰ ਜਿਹੜੀ ਇਹ ਇਸ ਵੇਲੇ ਟਿੱਪਣੀ ਆਈ ਹੈ ਨਾ ਉਹ ਸਿਰਫ ਜਿਹੜੀ 2017 ਤੋਂ ਬਾਅਦ ਦੀ ਇੱਕ ਨਵੀਂ ਪਿਰਤ ਬਣ ਗਈ ਕਿ ਚੁੱਪਚੀ ਪੀਤੇ ਅੰਦਰੋਂ ਅੰਦਰੀ ਦੇਣ ਵਾਲਾ ਕੌਣ ਹੈ ਪਬਲਿਕ ਨੂੰ ਨਾ ਪਤਾ ਲੱਵੇ ਲੈਣ ਵਾਲਾ ਕੌਣ ਹੈ ਪਬਲਿਕ ਨੂੰ ਨਾ ਪਤਾ ਲੱਗੇ ਤੇ ਕੰਮ ਮੋਟਾ ਹੋਈ ਜਾਵੇ ਆਪੋ ਆਪਣੀ ਤੁਹਾਡਾ ਕੀ ਖਿਆਲ ਆ ਕਿ ਜਿਹੜਾ ਬੰਦਾ 1000 ਕਰੋੜ ਰੁਪਇਆ ਹਜ਼ਾਰ ਬਾੰਡ ਖਰੀਦ ਕੇ ਕਰੋੜ ਕਰੋੜ ਵਾਲਾ ਪਹੁੰਚਾਉਂਦਾ ਹੋਊਗਾ ਮੰਨ ਲਓ ਕਿ ਉਹ ਫੋਨ ਹੀ ਨਹੀਂ ਇਕ ਨਿਕਲਿਆ ਕਰੂਗਾ ਫਿਰ ਨਾ ਪ੍ਰਧਾਨ ਮੰਤਰੀ ਦੇ ਦਫ਼ਤਰ ਨੂੰ ਜਾਂ ਕਿਸੇ ਵੀ ਅਮਿਤ ਸ਼ਾਹ ਨੂੰ ਭਾਈ ਇੰਨਾ ਮਾਲ ਚਲਾ ਗਿਆ ਤੁਹਾਨੂੰ ਪਹੁੰਚ ਗਿਆ ਫੋਨ ਤੇ ਕਰ ਹੀ ਸਕਦੇ ਆ ਜਾਂ ਕਿਸੇ ਬੰਦੇ ਨੂੰ ਭੇਜ ਕੇ ਤੇ ਪੁੱਛ ਹੀ ਸਕਦੇ ਆ ਉਹਨਾਂ ਦੀ ਆਪਸ ਵਿੱਚ ਸਿਕਰੇਸੀ ਥੋੜੀ ਹੈ ਸਾਡੇ ਸਾਡੇ ਤੋਂ ਸਿਕਰੇਸੀ ਆ ਤੇ ਕਾਨੂੰਨਨ ਤੌਰ ਤੇ ਸਿਕਰੇਸੀ ਆ ਵੀ ਦੇਣ ਵਾਲੇ ਦਾ ਕਿਸੇ ਨੂੰ ਕੋਈ ਨਹੀਂ ਪਤਾ ਕਿਹਨੇ ਦਿੱਤਾ ਕਿਉਂਕਿ ਉਹ ਤੇ ਬੈਂਕ ਨੂੰ ਹੀ ਪਤਾ ਕਿਹਨੇ ਦਿੱਤਾ ਜਿਹਨੇ ਬੌਂਡ ਖਰੀਦੇ ਆ ਤੇ ਲੈਣ ਵਾਲੇ ਨੂੰ ਵੀ ਕੋਈ ਪਤਾ ਨਹੀਂ ਕਿਹਨੇ ਦਿੱਤੇ ਆ ਤੇ ਇਸ ਕਰਕੇ ਬੈਂਕ ਦੇ ਕੋਲ ਆ ਹੁਣ ਉਹ ਬੈਂਕ ਹੀ ਸਾਰਾ ਭਾਂਡਾ ਫੋੜੂਗੀ ਜੇ ਫੋੜੇ ਤੇ ਕਾਂਗਰਸ ਵੀ ਕਰਦੀ ਹੋਵੇ ਇਹਦੇ ਚ ਤੁਹਾਡੇ ਚ ਕੋਈ ਦੋ ਰਾਏ ਨਹੀਂ ਹੈ ਪਰ ਉਹ ਹੁਣ ਅੱਜ ਦਾ ਜਿਹੜਾ ਮਾਮਲਾ ਜਿਹੜਾ ਹੋਣ ਵਾਲਾ ਨਵਾਂ ਟ੍ਰੈਂਡ ਚੱਲਿਆ ਆ ਇਹ ਉਹਦੇ ਤੇ ਕਮੈਂਟ ਆ ਉਹ ਪਹਿਲਾਂ ਆਪਾਂ ਕਰ ਲਈਏ ਫਿਰ ਪਿੱਛੇ ਨੂੰ ਵੀ ਜਾ ਕੇ ਦੇਖਣਾ ਚਾਹੀਦਾ। ਜੁੜੀਏ ਪ੍ਰੋਫੈਸਰ ਧੰਨਵਾਦ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸਿਕਵਿੰਦਰ ਜੀ ਤੁਹਾਡਾ ਤੁਹਾਡੀ ਟੀਮ ਦਾ ਜਿਹੜੀ ਦਿਨ ਰਾਤ ਮਿਹਨਤ ਕਰਦੀ ਰਾਤ ਤੱਕ ਜਾਗਦੀ ਰਹਿੰਦੀ ਹੈ ਤੇ ਸਾਡੀ ਜਨਤਾ ਜਿਹਦਰਨ ਸਾਡੇ ਸਰੋਤਿਆਂ ਦਾ ਵੀ ਧੰਨਵਾਦ। ਸ਼ੁਕਰੀਆ ਧੰਨਵਾਦ।